ਹੁਸਨ ਦੀਆਂ ਸਰਕਾਰਾਂ ਵੇਖ ਵੇਖ ਕੇ ਝੰਡ ਮੁੰਡੇ ਆਂਦੇ ਵੇਖ ਵੇਖ ਕੇ ਝੰਡ ਮੁੰਡੇ ਆਂਦੇ ਪੈ ਹੁੰਗਾਰੇ ਪਰਦੇ ਕਗਰੇ ਵੀ ਗੱਜਦੇ ਬਹਿ ਜਾ ਬਹਿ ਜਾ ਕਰਦੇ ਕਗਰੇ ਵੀ ਗੱਜਦੇ ਬਹਿ ਜਾ ਬਹਿ ਜਾ ਕਰਦੇ ਕਗਰੇ ਵੀ ਗੱਜਦੇ ਬਹਿ ਜਾ ਬਹਿ ਜਾ ਕਰਦੇ ਕਗਰੇ ਵੀ ਗੱਜਦੇ ਜਿੰਦ ਮਾਈ ਜੇ ਚੱਲਿਓ ਬਾਰੀ ਬਾਰੀ ਬਰਸੀ ਖੱਟਣੇ ਨੂੰ ਕੱਲਿਆ ਖੱਟ ਕੇ ਲਿਆਉਂਦੀ ਪਰਾਤ ਬਾਰੀ ਬਾਰੀ ਬਰਸੀ ਖੱਟਣੇ ਨੂੰ ਕੱਲਿਆ ਖੱਟ ਕੇ ਲਿਆਉਂਦੀ ਪਰਾਤ ਉਹ ਮੁੰਡਿਆਂ ਨੇ ਪਾਉਣਾ ਭੰਗੜਾ ਅੱਜ ਹੈ ਜਸ਼ਨ ਦੀ ਰਾਤ ਮੁੰਡਿਆਂ ਨੇ ਪਾਉਣਾ ਭੰਗੜਾ ਅੱਜ ਹੈ ਜਸ਼ਨ ਦੀ ਰਾਤ ਮੁੰਡਿਆਂ ਨੇ ਪਾਉਣਾ ਭੰਗੜਾ ਅੱਜ ਹੈ ਜਸ਼ਨ ਦੀ ਰਾਤ ਮੁੰਡਿਆਂ ਨੇ ਪਾਉਣਾ ਭੰਗੜਾ ਕੀ ਗੱਲ ਹੋ ਗਈ ਜੀ ਤੁਸੀਂ ਤਾਂ ਮੂੰਹ ਹੀ ਸੁੱਟ ਲਿਆ ਗੁੱਸੇ ਹੋ ਗਏ ਤਾੜੀਆਂ ਤੁਹਾਡੇ ਲਈ ਪਰ ਮੈਂ ਗੱਲ ਕਰਦਿਆਂ ਸਾਫ ਜਸ਼ਨਾਂ ਦੀ ਰਾਤ ਹੈ ਜ਼ਿਆਦਾ ਰੌਣਕਾਂ ਲਾਉਣਗੀਆਂ ਕੁੜੀਆਂ ਨਾ 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 ਮੁੰਡੇ ਲਾਉਣਗੇ ਕਿੱਡੇ ਸੋਹਣੇ ਅੱਜ ਡਰੈਸਾਂ ਪਾ ਕੇ ਆਏ ਕੁੜੀਆਂ ਦੀਆਂ ਡਰੈਸਾਂ ਜ਼ਿਆਦਾ ਸੋਹਣੀਆਂ ਹੁੰਦੀਆਂ ਕੁੜੀਆਂ ਫੈਸ਼ਨ 'ਚ ਮੋਹਰੀ ਹੁੰਦੀਆਂ ਸੋ ਜ਼ਿਆਦਾ ਰੌਣਕਾਂ ਲਾਉਣਗੀਆਂ ਕੁੜੀਆਂ ਚਲੋ ਮੰਨ ਲੈਂਦੇ ਹਾਂ ਜੀ ਫਿਰ ਕਾਤੋਂ ਆਪਾਂ ਲੜਾਈ ਕਰਨੀ ਹੈ ਪ੍ਰੋਗਰਾਮ ਸ਼ੁਰੂ ਕਰੀਏ ਸੋ ਸਾਰਿਆਂ ਨੂੰ ਨਿੱਘੀ ਜਿਆਂ ਨੂੰ ਇੱਕ ਜ਼ੋਰਦਾਰ ਤਾੜੀਆਂ ਜੀ ਸਵਾਗਤ ਜੀ ਆਇਆਂ ਨੂੰ ਸਾਰੇ ਦਰਸ਼ਕਾਂ ਦਾ ਜਿਹੜੇ ਸਾਡੇ ਦੂਰਦਰਸ਼ਨ ਦੇ ਵਿਹੜੇ ਵਿੱਚ ਵੀ ਬੈਠੇ ਨੇ ਔਰ ਘਰਾਂ 'ਚ ਬੈਠ ਕੇ ਟੀਵੀ ਸੈੱਟ ਦੇ ਜ਼ਰੀਏ ਵੀ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ ਜਸ਼ਨਾਂ ਦੀ ਰਾਤ ਅੱਜ ਡੀਡੀ ਪੰਜਾਬੀ ਹੋ ਗਿਆ ਹੈ 22 ਸਾਲਾਂ ਦਾ 22ਵੀਂ ਵਰ੍ਹੇਗੰਢ ਹੈ ਅਤੇ ਮੈਂ ਇਸ ਜਸ਼ਨਾਂ ਦੀ ਰਾਤ ਦੇ ਵਿੱਚ ਤੁਹਾਡਾ ਸਾਥ ਨਿਭਾਵਾਂਗੀ ਜੀ ਆਇਆਂ ਨੂੰ ਵਰੁਣ ਕੌਰ ਮਾਨ ਦੇ ਵੱਲੋਂ ਔਰ ਤੇਜੀ ਸਬਦ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਬਿਲਕੁਲ ਦੇਖੋ ਜਦੋਂ ਦਾ ਡੀਡੀ ਪੰਜਾਬੀ ਸ਼ੁਰੂ ਹੋਇਆ ਨਾ 2000 ਦੇ ਵਿੱਚ ਉਦੋਂ ਡੀਡੀ ਪੰਜਾਬੀ ਦਾ ਮਿਆਰ ਇੱਥੇ ਸੀ ਸੰਧੂ ਜੀ ਜੀ ਬਿਲਕੁਲ ਤੇ ਹੁਣ ਮੈਨੂੰ ਲੱਗਦਾ ਵੱਧਦਾ ਬਹੁਤ ਵੱਧ ਗਿਆ ਬਿਲਕੁਲ ਕਾਰਨ ਕੀ ਹੈ ਡੀਡੀ ਪੰਜਾਬੀ ਸੱਭਿਆਚਾਰ ਨੂੰ ਨਾਲ ਲੈ ਕੇ ਤੁਰਦਾ ਪਰਿਵਾਰ ਨੂੰ ਨਾਲ ਲੈ ਕੇ ਤੁਰਦਾ ਔਰ ਭਰਮਾਰ ਹੋ ਗਈ ਚੈਨਲਾਂ ਦੀ ਪਤਾ ਨਹੀਂ ਕਿੰਨੇ ਚੈਨਲ ਆ ਗਏ ਪਰ ਅੱਜ ਵੀ ਜਦੋਂ ਕੋਈ ਖਬਰ ਦਾ ਯਕੀਨ ਕਰਨਾ ਹੋਵੇ ਗੱਲ ਦਾ ਯਕੀਨ ਕਰਨਾ ਹੋਵੇ ਨਾ ਸਾਰੇ ਕਹਿੰਦੇ ਪਹਿਲਾਂ ਦੇਖ ਲਓ ਡੀਡੀ ਪੰਜਾਬੀ ਵਾਲੇ ਕਹਿੰਦੇ ਆ ਨਾ ਤਾਂ ਹੀ ਸਹੀ ਹੋਣਾ ਸੋ ਖਾਸੀਅਤ ਇਹਦੀ ਇਹ ਹੈ ਜੀ ਡੀਡੀ ਪੰਜਾਬੀ ਦੀ ਕਿ ਇਹ ਜਿਹੜੀ ਸਟੇਜ ਹੈ ਇਹ ਜਿਹੜਾ ਮੰਚ ਆ ਔਰ ਪੂਰੇ ਵਰਲਡ ਨੂੰ ਪੂਰੇ ਇੰਡੀਆ ਨੂੰ ਪੂਰੇ ਭਾਰਤ ਨੂੰ ਪੰਜਾਬ ਨੂੰ ਬੜੇ ਬੜੇ ਪਿਆਰੇ ਸੁਪਰ ਸਟਾਰ ਇਸ ਸਟੇਜ ਨੇ ਬਖਸੇ ਔਰ ਇਹ ਜਿਹੜੀ ਸਟੇਜ ਹੈ ਜਿਹਨੂੰ ਇੱਕ ਵਾਰੀ ਆਪਣਾ ਆਸ਼ੀਰਵਾਦ ਦੇ ਦਿੰਦੀ ਹੈ ਵਾਕਿਆ ਬੰਦਾ ਸੁਪਰ ਸਟਾਰ ਬਣ ਜਾਂਦਾ ਅਤੇ ਜ਼ੋਰਦਾਰ ਤਾੜੀਆਂ ਡੀਡੀ ਪੰਜਾਬੀ ਲਈ ਔਰ ਇਸ ਮੰਚ ਵਾਸਤੇ ਔਰ ਅੱਜ ਬਹੁਤ ਪਿਆਰਾ ਗੁਲਦਸਤਾ ਹੈ ਜੀ ਕਲਾਕਾਰਾਂ ਦਾ ਬੜੇ ਬੜੇ ਪਿਆਰੇ ਕਲਾਕਾਰ ਸੁਪਰਸਟਾਰ ਪੰਜਾਬ ਦੇ ਤੁਹਾਡੇ ਰੂਬਰੂ ਹੋਣਗੇ ਵਾਹ ਬਿਲਕੁਲ ਬਹੁਤ ਸਾਰੇ ਕਲਾਕਾਰ ਹਨ ਔਰ ਗੱਲ ਬੜੀ ਤੁਸੀਂ ਡੂੰਗੀ ਕਹੀ ਹੈ ਕਿ ਡੀਡੀ ਪੰਜਾਬੀ ਨੇ ਜਿਹਦੇ ਸਿਰ ਤੇ ਆਸ਼ੀਰਵਾਦ ਦਾ ਹੱਥ ਰੱਖਿਆ ਨਾ ਉਹਦਾ ਬੇੜਾ ਪਾਰ ਹੋ ਗਿਆ ਡੀਡੀ ਪੰਜਾਬੀ ਘਰਾਂ ਤੱਕ ਪਹੁੰਚਾ ਖੇਡਾਂ ਤੱਕ ਪਹੁੰਚਾ ਖੇਤੀਬਾੜੀ ਤੱਕ ਪਹੁੰਚਾ ਖਾਸ ਗੱਲ ਡੀਡੀ ਪੰਜਾਬੀ ਦਰਸ਼ਕਾਂ ਦੇ ਦਿਲਾਂ ਤੱਕ ਪਹੁੰਚਾ ਔਰ ਜਿਹੜਾ ਬੰਦਾ ਦਿਲਾਂ ਤੇ ਰਾਜ ਕਰ ਲੈਂਦਾ ਨਾ ਉਹਨੂੰ ਦਿਲ ਚੋਂ ਕੱਢਣਾ ਬਹੁਤ ਔਖਾ ਹੁੰਦਾ ਬਿਲਕੁਲ ਜੀ ਬਿਲਕੁਲ ਇਸ ਮੰਚ ਤੋਂ ਐਸੇ ਐਸੇ ਕਲਾਕਾਰ ਜਿਹੜੇ ਆਏ ਨੇ ਕਮੇਡੀਅਨ ਬਹੁਤ ਪਿਆਰੇ ਪਿਆਰੇ ਕਮੇਡੀਅਨਸ ਔਰ ਅੱਜ ਜਿਹੜੇ ਕੈਸੇ ਕਲਾਕਾਰ ਜਿਨ੍ਹਾਂ ਤੋਂ ਅੱਜ ਦੀ ਸ਼ੁਰੂਆਤ ਹੋਣੀ ਹੈ ਉਹ ਇੰਨੇ ਕਿਊਟ ਹੈ ਮੋਟੀਆਂ ਅੱਖਾਂ ਉਹਨਾਂ ਦੇ ਫੈਨ ਨੇ ਲੱਖਾਂ ਮੇਰੀ ਮੁਰਾਦ ਤੁਹਾਡੇ ਸਾਰਿਆਂ ਦੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਪੰਜਾਬ ਦੇ ਨੰਬਰ 1 ਬਿਊਟੀਫੁਲ ਹੈਂਡਸਮ ਵਾਹ ਕਿਆ ਬਾਤ ਹੈ ਜੀ ਪੇਸ਼ ਕਰਾ ਰਹੇ ਹਾਂ ਕੁੱਲੇ ਸ਼ਾਹ ਜੀ ਵਾਹ ਕਿਆ ਬਾਤ ਹੈ ਕੁੱਲੇ ਸ਼ਾਹ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਅਤੇ ਹੁਣ ਜਿੰਨੇ ਵੀ ਦਰਸ਼ਕ ਇਸ ਪ੍ਰੋਗਰਾਮ ਨੂੰ ਇਸ ਟਾਈਮ ਦੇਖ ਰਹੇ ਨੇ ਇੱਕ ਵਾਰੀ ਉਹਨਾਂ ਸਾਰਿਆਂ ਦਾ ਸਵਾਗਤ ਕਰ ਦਿਓ ਕੋਈ ਇਹ ਨਾ ਕਵੇ ਕਿ ਕੁੱਲੇ ਸ਼ਾਹ ਜੀ ਆਏ ਹੀ ਅਤੇ ਮੇਰਾ ਸਵਾਗਤ ਨਹੀਂ ਕਰਕੇ ਗਏ ਅੱਛਾ ਤੇਰਾ ਵੀ ਨਾਲ ਕਰਨਾ ਆਹੋ ਲੱਗਦੇ ਹੱਥ ਮੇਰਾ ਵੀ ਕਰ ਦਿਓ ਅੱਛਾ ਠੀਕ ਹੈ ਸਾਰਿਆਂ ਦਾ ਕਰਨਾ ਹਾਂ ਸਾਰਿਆਂ ਦਾ ਕੋਈ ਰਹਿ ਨਾ ਜਾਵੇ ਬਸ ਕਿਸਾਨਾਂ ਨੂੰ ਜਵਾਨਾਂ ਨੂੰ ਮਜ਼ਦੂਰਾਂ ਨੂੰ ਅਫਸਰਾਂ ਨੂੰ ਮੁਲਾਜ਼ਮਾਂ ਨੂੰ
ਨੈਕਾਂ ਨੂੰ, ਵਿਧਾਇਕਾਂ ਨੂੰ, ਪੰਚਾਂ ਨੂੰ, ਸਰਪੰਚਾਂ ਨੂੰ, ਯਾਰਾਂ ਨੂੰ, ਦਿਲਦਾਰਾਂ ਨੂੰ, ਤਹਿਸੀਲਦਾਰਾਂ ਨੂੰ, ਲੰਬੜਦਾਰਾਂ ਨੂੰ, ਥਾਣੇਦਾਰਾਂ ਨੂੰ, ਹਵਾਲਦਾਰਾਂ ਨੂੰ, ਜ਼ਿਮੀਂਦਾਰਾਂ ਨੂੰ, ਦੁਕਾਨਦਾਰਾਂ ਨੂੰ, ਪੱਲੇਦਾਰਾਂ ਨੂੰ, ਦਿਹਾੜੀਦਾਰਾਂ ਨੂੰ, ਸ਼ੋਅਕਾਰਾਂ ਨੂੰ, ਕਲਾਕਾਰਾਂ ਨੂੰ, ਗੀਤਕਾਰਾਂ ਨੂੰ, ਸੰਗੀਤਕਾਰਾਂ ਨੂੰ, ਪੱਤਰਕਾਰਾਂ ਨੂੰ, ਚਿੱਤਰਕਾਰਾਂ ਨੂੰ, ਬੇਰੁਜ਼ਗਾਰਾਂ ਨੂੰ, ਟੱਬਰਦਾਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਰੱਬ ਵਰਗੀਆਂ ਮਾਵਾਂ ਨੂੰ, ਤਾਈਆਂ ਨੂੰ, ਚਾਚੀਆਂ ਨੂੰ, ਬੀਬੀਆਂ ਨੂੰ, ਮਾਸੀਆਂ ਨੂੰ, ਬਜ਼ੁਰਗਾਂ ਨੂੰ, ਸਿਆਣਿਆਂ ਨੂੰ, ਨਿੱਕੇ ਨਿੱਕੇ ਨਿਆਣਿਆਂ ਨੂੰ, ਬੈਠਿਆਂ ਨੂੰ, ਖਲੋਤਿਆਂ ਨੂੰ, ਸਾਰੇ ਸਰੋਤਿਆਂ ਨੂੰ ਘੁੱਲੇ ਸ਼ਾਹ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਨਮਸਤੇ, ਅਦਾਬ, ਅਸਲਾਮ ਅਲੈਕਮ, ਖੁਸ਼ਾਮਦੀਦ, ਹੈਲੋ, ਹਾਏ, ਸਵਾਗਤਮ, ਵੈਲਕਮ, ਧੰਨਵਾਦ, ਮਿਹਰਬਾਨੀ, ਸ਼ੁਕਰੀਆ, ਥੈਂਕ ਯੂ। ਨਹੀਂ ਗੱਲ ਸੁਣ, ਹਾਂ ਮੇਰੀ ਆਉਂਦੇ ਬੇਇੱਜ਼ਤੀ? ਨਹੀਂ ਜਾਂਦੇ ਵੀ ਕਰਾਂਗੇ। ਵੈਸੇ ਘੁੱਲੇ ਸ਼ਾਹ ਸਵਾਗਤ ਤੂੰ ਏਡਾ ਲੰਮਾ ਕੀਤਾ ਤੇ ਗਲਾ ਮੇਰਾ ਸੁੱਕ ਗਿਆ। ਗਲਾ ਸੁੱਕ ਗਿਆ, ਪਾਣੀ ਪੀ। ਪਾਣੀ ਪੀ? ਪਾਣੀ ਕਿੱਥੇ ਆ? ਪਾਣੀ ਘੜੇ ਚ। ਤੇ ਘੜਾ ਕਿੱਥੇ ਆ? ਘੜਾ ਰਸੋਈ ਚ। ਰਸੋਈ ਕਿੱਥੇ ਆ? ਰਸੋਈ ਘਰ ਚ। ਉਹ ਘਰ ਕਿੱਥੇ ਆ? ਘਰ ਗਲੀ ਚ। ਉਹ ਗਲੀ ਕਿੱਥੇ ਆ? ਗਲੀ ਮਹੱਲੇ ਚ। ਤੇ ਮਹੱਲਾ ਕਿੱਥੇ ਆ? ਸ਼ਹਿਰ ਚ। ਤੇ ਸ਼ਹਿਰ ਕਿੱਥੇ? ਸ਼ਹਿਰ ਜ਼ਿਲ੍ਹੇ ਚ। ਤੇ ਜ਼ਿਲ੍ਹਾ ਕਿੱਥੇ? ਜ਼ਿਲ੍ਹਾ ਪੰਜਾਬ ਚ। ਤੇ ਪੰਜਾਬ ਕਿੱਥੇ? ਪੰਜਾਬ ਇੰਡੀਆ ਚ। ਉਹ ਇੰਡੀਆ ਕਿੱਥੇ ਆ? ਇੰਡੀਆ ਦੁਨੀਆ ਚ। ਤੇ ਦੁਨੀਆ ਕਿੱਥੇ ਆ? ਦੁਨੀਆ ਧਰਤੀ ਤੇ। ਤੇ ਧਰਤੀ ਕਿੱਥੇ ਆ? ਧਰਤੀ ਪਾਣੀ ਚ। ਤੇ ਪਾਣੀ ਕਿੱਥੇ ਆ? ਪਾਣੀ ਘੜੇ ਚ, ਹੋਰ ਕਿੱਥੇ ਆ? ਇਹ ਹੱਸਣ ਵਾਲੀ ਗੱਲ ਤੇ ਹੈ, ਦੱਸਣ ਵਾਲੀ ਗੱਲ ਵੀ ਹੈਗੀ ਹੈ। ਅੱਛਾ, ਦੱਸਣ ਵਾਲੀ ਕਿਹੜੀ ਹੈ? ਦੱਸਣ ਵਾਲੀ ਗੱਲ ਇਹ ਹੈ, ਜੇ ਅਸੀਂ ਅੱਜ ਤੋਂ ਜਿਹੜੀ ਹੁਣ ਤੋਂ ਹੀ ਪਾਣੀ ਨਾ ਬਚਾਇਆ, ਆਉਣ ਵਾਲੇ ਸਮੇਂ ਚ ਸਾਰੀ ਧਰਤੀ ਦਾ ਪਾਣੀ ਘੜੇ ਜਿੰਨੇ ਰਹਿ ਜਾਣਾ। ਵਾਕਿਆ ਹੀ ਘੁੱਲੇ ਸ਼ਾਹ, ਤੇਰੀ ਗੱਲ ਬਿਲਕੁਲ ਸਹੀ ਹੈ। ਹਾਂ, ਪਾਣੀ ਬਚਾਉਣਾ ਚਾਹੀਦਾ। ਅੱਛਾ ਗੱਲ ਸੁਣ, ਹਾਂ ਤੂੰ ਪਾਣੀ ਬਚਾਉਂਦਾ? ਮੈਂ ਆਪਣੇ ਹਿਸਾਬ ਨਾਲ ਬਚਾਉਂਦਾ। ਆਪਣੇ ਹਿਸਾਬ ਨਾਲ ਕਿਸ ਤਰ੍ਹਾਂ? ਪਾਣੀ ਕਿਸੇ ਤਰ੍ਹਾਂ ਦਾ ਵੀ ਹੋਵੇ ਬਚਾਉਣਾ ਚਾਹੀਦਾ। ਫਿਰ ਵੀ ਪਤਾ ਲੱਗਣਾ ਚਾਹੀਦਾ। ਦੇਖੋ ਜੀ, ਪਾਣੀ ਠੰਡਾ ਹੋਵੇ, ਗਰਮ ਹੋਵੇ, ਉਬੜਿਆ ਹੋਵੇ, ਤੱਤਾ ਹੋਵੇ, ਨਿੱਘਾ ਹੋਵੇ, ਕੋਸਾ ਹੋਵੇ, ਕਸੈਲਾ ਹੋਵੇ, ਵਧੀਆ ਹੋਵੇ, ਮੈਲਾ ਹੋਵੇ, ਨੀਲਾ ਹੋਵੇ, ਚਿੱਟਾ ਹੋਵੇ, ਮਿੱਠਾ ਹੋਵੇ, ਫਿੱਕਾ ਹੋਵੇ, ਬੰਬੀ ਦਾ ਹੋਵੇ, ਨਾਲੇ ਦਾ ਹੋਵੇ, ਸ਼ਹਿਰ ਦਾ ਹੋਵੇ, ਖਾਲੇ ਦਾ ਹੋਵੇ, ਖੂਹ ਦਾ ਹੋਵੇ, ਟੂਟੀ ਦਾ ਹੋਵੇ, ਨਲਕੇ ਦਾ ਹੋਵੇ, ਘੜੇ ਦਾ ਹੋਵੇ, ਸਰਾਈ ਦਾ ਹੋਵੇ, ਦਰਿਆ ਦਾ ਹੋਵੇ, ਪੱਤਣ ਦਾ ਹੋਵੇ, ਛੱਪੜ ਦਾ ਹੋਵੇ, ਮੀਂਹ ਦਾ ਹੋਵੇ, ਆਪਾਂ ਕਿਹੜਾ ਨਹਾਉਣਾ? ਆਪਾਂ ਤਾਂ ਪਾਣੀ ਬਚਾਉਣਾ। ਇਸ ਵਾਸਤੇ ਕਹਿੰਦੇ ਨੇ ਥਾਂ ਥਾਂ ਦੇ ਬੂਟੇ ਲਾਓ, ਹਵਾ ਨੂੰ ਸ਼ੁੱਧ ਬਣਾਓ, ਪਾਣੀ ਨੂੰ ਖੁਦ ਬਚਾਓ। ਵਾਕਿਆ ਜੀ ਘੁੱਲੇ ਸ਼ਾਹ, ਤੁਹਾਡੀ ਗੱਲ ਬਹੁਤ ਵਧੀਆ। ਤੇ ਗੱਲ ਸੁਣ, ਅੱਜ ਕੱਲ ਤੂੰ ਕੀ ਕਰਦਾ? ਤੈਨੂੰ ਨਹੀਂ ਪਤਾ? ਨਾ, ਤੂੰ ਮੈਨੂੰ ਦੱਸਿਆ ਹੀ ਨਹੀਂ। ਅੱਜ ਕੱਲ ਮੈਂ ਵਿਹਲਾ ਹੀ ਆ। ਲੈ ਦੱਸਾਂ ਤੇ ਇਦਾਂ ਡਿਆ ਕਿ ਜਿੱਦਾਂ ਤੂੰ ਪਟਵਾਰੀ ਲੱਗਾ ਹੁੰਦਾ। ਤੇਰੇ ਕੋਲ ਤਾਂ ਹੀ ਤੇ ਆਇਆ। ਜੇ ਤੂੰ ਵਿਹਲਾ ਹੈ ਤੇ ਕੋਈ ਕਾਰੋਬਾਰ ਕਰ ਲੈ। ਤਾਂ ਹੀ ਤੇਰੇ ਕੋਲ ਆਇਆ, ਤੇਰੀ ਵਾਕਫੀਤ ਬੜੀ ਹੈ, ਮੈਨੂੰ ਕੰਮ ਤੇ ਲਵਾ ਦੇ। ਤੈਨੂੰ ਪਤਾ ਵਾਕਫੀਤ ਆਪਣੀ ਬਹੁਤ ਜ਼ਿਆਦਾ ਹੈ। ਗੱਲ ਸੁਣ, ਕੰਮ ਤੇ ਮੈਂ ਤੈਨੂੰ ਲਵਾ ਦਿੰਦਾ, ਜ਼ਿੰਮੇਵਾਰੀ ਵਾਲਾ ਕੰਮ ਹੀ। ਤੇਰੀ ਜ਼ਿੰਮੇਵਾਰੀ ਮੈਂ ਲੈਣਾ? ਬੇਕੂਫਾ, ਤੇਰੀ ਜ਼ਿੰਮੇਵਾਰੀ ਮੈਂ ਲੈਣੀ? ਕੰਮ ਤੇ ਮੈਂ ਤੈਨੂੰ ਲਵਾਉਣਾ। ਅੱਛਾ ਚੱਲ ਲਵਾ ਦੇ। ਹਾਂ ਗੱਲ ਸੁਣ, ਕੀ ਜ਼ਿੰਮੇਵਾਰੀ? ਕੀ ਜ਼ਿੰਮੇਵਾਰੀ? ਇਹ ਹੈ ਕਿ ਗੱਲ ਸੁਣ, ਤੂੰ ਕੋਈ ਨਸ਼ਾ ਤਾਂ ਨਹੀਂ ਕਰਦਾ? ਨਾ ਨਾ ਨਾ, ਬਿਲਕੁਲ ਨਹੀਂ, ਬਿਲਕੁਲ ਨਹੀਂ। ਝੂਠ ਨਾ ਬੋਲੀ, ਸੱਚ ਦੱਸ ਦੇ ਮੈਨੂੰ। ਬਿਲਕੁਲ, ਫਿਰ ਵੀ ਚੰਗੀ ਤਰ੍ਹਾਂ ਸੋਚ ਲੈ। ਨਾ ਬੀੜੀ, ਨਾ ਸਿਗਰਟ, ਨਾ ਸ਼ਰਾਬ, ਨਾ ਮੀਟ, ਨਾ ਆਂਡਾ, ਨਾ ਮੁਰਗਾ, ਨਾ ਮੱਛੀ, ਨਾ ਬੀਅਰ, ਨਾ ਵਿਸਕੀ, ਨਾ ਫੀਮ, ਨਾ ਗਾਂਜਾ, ਨਾ ਡੋਡੇ, ਨਾ ਕੈਪਸੂਲ, ਨਾ ਟੀਕੇ, ਨਾ ਪਾਨ, ਨਾ ਪਰਾਗ, ਨਾ ਸਮੈਕ, ਨਾ ਸਮੋਕ, ਨਾ ਕੁਕੀਨ, ਨਾ ਚਰਸ, ਨਾ ਚਿੱਟਾ, ਨਾ ਭੰਗ, ਨਾ ਪੁੱਕੀ। ਚਲੋ, ਆਪਣਾ ਸਾਡੇ ਗਾਇਕ ਸਾਹਿਬ ਯਾਕੂਬ ਗਿੱਲ ਸਾਹਿਬ ਉਹ ਹਾਜ਼ਰ ਨੇ ਆਪਣਾ ਪ੍ਰੋਗਰਾਮ ਲੈ ਕੇ, ਆਪਾਂ ਬਾਅਦ ਚ ਆਵਾਂਗੇ ਫਿਰ, ਠੀਕ ਹੈ? ਮਰਿਆਦਾ ਦੇ ਵਿੱਚ ਰਹਿ ਕੇ ਆਪਣੀ ਮੰਜ਼ਿਲ ਕਿਵੇਂ ਹਾਸਲ ਕੀਤੀ ਜਾਂਦੀ ਆ ਇਹ ਸਾਨੂੰ ਡੀ ਡੀ ਪੰਜਾਬੀ ਸਿਖਾਉਂਦਾ। ਮਰਿਆਦਾ ਦੇ ਵਿੱਚ ਰਹਿ ਕੇ ਉੱਚੇ ਉੱਚੇ ਮੁਕਾਮ ਕਿਵੇਂ ਹਾਸਲ ਕੀਤੇ ਜਾਂਦੇ ਆ ਇਹ ਸਾਨੂੰ ਡੀ ਡੀ ਪੰਜਾਬੀ ਸਿਖਾਉਂਦਾ। ਸੋ ਬਹੁਤ ਸਾਰੀਆਂ ਮੁਬਾਰਕਾਂ ਸਾਨੂੰ ਮਿਲੀਆਂ ਔਰ ਅਸੀਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਇਸ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਔਰ ਜਸ਼ਨ ਦੀ ਰਾਤ ਹੈ, ਵੱਖਰੇ ਵੱਖਰੇ ਰੰਗ ਢੰਗ ਡੀ ਡੀ ਪੰਜਾਬੀ ਦੇ ਵਿਹੜੇ ਦੇ ਵਿੱਚ ਰੌਣਕਾਂ। ਇੱਕ ਮਿੰਟ ਇੱਕ ਮਿੰਟ, ਮੇਰਾ ਗੱਲ ਕਰਦੀ ਕਰਦੀ ਦਾ ਧਿਆਨ ਇੱਧਰ ਡਫਲੀ ਵੱਲ ਚਲਾ ਗਿਆ। ਯੈਸ, ਇਹ ਕਿਹੜਾ ਰੰਗ ਆ? ਹੁਣ ਦਿਖਾ ਦਿੰਦੇ ਜੀ। ਦਿਲ ਵਿੱਚ ਤੇਰਾ ਪਿਆਰ ਵਸਾ ਕੇ ਵੇਖੀ ਜਾਵਾ, ਕੋਲੀ ਬਿਠਾ ਕੇ ਤੈਨੂੰ ਦਿਲ ਵਾਲੇ, ਓ ਤੈਨੂੰ ਦਿਲ ਵਾਲੇ ਸ਼ੀਸ਼ੇ ਚ ਜੜਾਇਆ, ਦਿਲ ਕਰੇ ਵੇਖਦਾ ਰਵਾ ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਤੇਜੀ ਗਾਉਂਦਾ ਸੀ ਐਂਕਰ ਬਣਾਇਆ ਹੈ, ਤੇਜੀ ਗਾਉਂਦਾ ਸੀ ਐਂਕਰ ਬਣਾਇਆ, ਦਿਲ ਕਰੇ ਵੇਖਦਾ ਰਵਾ। ਵਾਹ ਵਾਹ, ਵੇ ਕਮਾਲ ਕਰਤੀ ਹੈ। ਸੋ
ਅੱਜ ਦੇ ਅਗਲੇ ਜਿਹੜੇ ਸਿੰਗਰ ਹੈ ਪਹਿਲੇ ਸਿੰਗਰ ਹੈ ਬਹੁਤ ਹੀ ਪਿਆਰਾ ਗਾਉਂਦੇ ਨੇ ਬੜੀ ਵਧੀਆ ਆਵਾਜ਼ ਅੰਦਾਜ਼ ਬੜਾ ਪਿਆਰਾ ਜੀ ਜੀ ਤੇ ਅੱਜ ਆਪਾਂ ਉਹਨਾਂ ਨੂੰ ਸੁਣਦੇ ਹਾਂ ਕਿਉਂਕਿ ਡੀਡੀ ਪੰਜਾਬੀ ਦੀ ਐਸੀ ਜਿਹੜੀ ਸ਼ਖਸੀਅਤ ਇਹਨਾਂ ਨੇ ਪੇਸ਼ ਕੀਤੀ ਹੈ ਪਹਿਲਾਂ ਵੀ ਇਹ ਲਾਈਵ ਕਰ ਚੁੱਕੇ ਨੇ ਅੱਜ ਫਿਰ ਇਹਨਾਂ ਨੂੰ ਸਪੈਸ਼ਲ ਬੁਲਾਇਆ ਸੋ ਜ਼ੋਰਦਾਰ ਤਾੜੀਆਂ ਦੇ ਵਿੱਚ ਮਿਸਟਰ ਯਕੂਬ ਵਾਹ ਬਹੁਤ ਖੂਬ ਬਹੁਤ ਖੂਬ ਬਹੁਤ ਖੂਬ ਹਾਜ਼ਰੀਨ ਅੱਜ ਦੀ ਇਸ ਖੂਬਸੂਰਤ ਇਸ ਪਿਆਰੀ ਇਸ ਖੁਸ਼ੀਆਂ ਭਰੀ ਸ਼ਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਡੀ ਡੀ ਪੰਜਾਬੀ ਦੇ ਇਸ ਮੁਕੱਦਸ ਵਿਹੜੇ ਦੇ ਵਿੱਚ ਨਿੱਘਾ ਸਵਾਗਤ ਔਰ ਮੇਰੇ ਵੱਲੋਂ ਅੱਜ ਦੇ ਇਸ ਦਿਨ 'ਤੇ ਜਦੋਂ ਕਿ ਅਸੀਂ ਡੀ ਡੀ ਪੰਜਾਬੀ ਦੀ 22ਵੀਂ ਵਰ੍ਹੇਗੰਢ ਮਨਾ ਰਹੇ ਹਾਂ ਦੁਨੀਆ ਭਰ ਦੇ ਵਿੱਚ ਜਿੰਨੇ ਵੀ ਦਰਸ਼ਕ ਨੇ ਸਭ ਨੂੰ ਅੱਜ ਦੇ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਈਵਨ ਕਿ ਸਾਨੂੰ ਵੀ ਇਸ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਔਰ ਜਿਵੇਂ ਕਿ ਭਾਅ ਜੀ ਨੇ ਦੱਸਿਆ ਹੋਣੇ ਮੈਂ ਤਹਿ ਦਿਲ ਤੋਂ ਡੀ ਡੀ ਪੰਜਾਬੀ ਦਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਇਹ ਜਿਹੜਾ ਵਿਹੜਾ ਆ ਇਹ ਕਲਾਕਾਰ ਵਾਸਤੇ ਕਿਸੇ ਮੁਕੱਦਸ ਜਗ੍ਹਾ ਤੋਂ ਘੱਟ ਨਹੀਂ ਕਿਸੇ ਮੱਕੇ ਮਦੀਨੇ ਤੋਂ ਘੱਟ ਨਹੀਂ ਹੈ ਸਾਡਾ ਮੱਕਾ ਆ ਕਲਾਕਾਰਾਂ ਦਾ ਔਰ ਮੈਂ ਉਹ ਖੁਸ਼ ਨਸੀਬ ਆਰਟਿਸਟ ਹਾਂ ਜਿਹਨੂੰ ਕਿ ਹਮੇਸ਼ਾ ਡੀ ਡੀ ਪੰਜਾਬੀ ਨੇ ਆਪਣੀ ਗੱਲ ਵੱਕੜੀ ਵਿੱਚ ਲਿਆ ਅਤੇ ਘੁੱਟ ਕੇ ਜੱਫੀ ਪਾਈ ਅਤੇ ਆਪਣਾ ਆਸ਼ੀਰਵਾਦ ਭਰਿਆ ਹੱਥ ਜਿਹੜਾ ਉਹ ਮੇਰੇ ਸਿਰ 'ਤੇ ਰੱਖਿਆ ਹੈ ਸੋ ਇਸ ਵਾਸਤੇ ਮੈਂ ਡੀ ਡੀ ਪੰਜਾਬੀ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਮੈਂ ਚਾਹੁੰਦਾ ਹਾਂ ਕਿ ਇਸ ਤੋਂ ਪਹਿਲਾਂ ਕਿ ਮੈਂ ਅੱਜ ਦੀ 22ਵੇਂ ਵਰ੍ਹੇ ਗੰਢ ਦੀ ਮਹਿਫਲ ਦੀ ਸ਼ੁਰੂਆਤ ਕਰਾਂ ਇੱਕ ਵਾਰ ਤੁਹਾਡੀ ਜ਼ੋਰਦਾਰ ਤਾਲੀਆਂ ਦੇ ਨਾਲ ਇਜਾਜ਼ਤ ਚਾਹਾਂਗਾ ਸ਼ੁਕਰੀਆ ਮਿਹਰਬਾਨੀ ਕੁਝ ਇੱਕ ਫੋਕ ਰੰਗ ਔਰ ਸੂਫੀ ਰੰਗ ਤੁਹਾਡੀ ਨਜ਼ਰ ਕਰਨੇ ਨੇ ਮੇਰੀ ਹਾਜ਼ਰੀ 'ਚ ਮਹਿਫਲ ਦੀ ਦਾ ਆਗਾਜ਼ ਮੈਂ ਹਜ਼ਰਤ ਬਾਬਾ ਵਾਰਿਸ ਸ਼ਾਹ ਸਾਹਿਬ ਦੀ ਹੀਰ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਅਸੀਂ ਬਾਬਾ ਵਾਰਿਸ ਸ਼ਾਹ ਸਾਹਿਬ ਦਾ 300 ਸਾਲਾ ਮਨਾਇਆ ਜਾ ਰਿਹਾ ਹੈ ਸੋ ਉਹਨਾਂ ਦੀਆਂ ਹੀਰ ਦੀਆਂ ਚੰਦ ਲਾਈਨਾਂ ਦੇ ਨਾਲ ਅੱਜ ਦੀ ਮਹਿਫਲ ਦੀ ਸ਼ੁਰੂਆਤ ਇਜਾਜ਼ਤ ਦਿਓ ਅਵਲ ਹਮਦ ਖੁਦਾ ਦਾ ਵਿਰਦ ਕੀਜੇ ਇਸ਼ਕ ਕੀਤਾ ਸੁਜਗ ਦਾ ਮੂਲ ਮੀਆਂ ਪਹਿਲਾਂ ਆਪ ਹੀ ਰੱਬ ਨੇ ਇਸ਼ਕ ਕੀਤਾ ਮਾਸ਼ੂਕ ਹੈ ਨਬੀ ਰਸੂਲ ਮੀਆਂ ਇਸ਼ਕ ਫੇਲ ਹੈ ਰੱਬ ਦੀ ਜ਼ਾਤ ਫਾਇਰ ਆਸ਼ਿਕ ਉਸ ਦੇ ਸਭ ਮਫੂਲ ਮੀਆਂ ਹੈ ਸੀ ਇਸ਼ਕ ਜਹੂਰ ਹੀ ਇਸ਼ਕ ਸਾਰਾ ਹਾਂ ਇਸ਼ਕ ਹੋਸੀਆ ਸਦਾ ਮਮੂਲ ਮੀਆਂ ਇਸ਼ਕ ਪੀਰ ਫਕੀਰ ਦਾ ਮਰਤਬਾ ਹੈ ਮਰਦ ਇਸ਼ਕ ਦਾ ਭਲਾ ਰੰਜੂਲ ਮੀਆਂ ਇਸ਼ਕ ਵਾਸਤੇ ਰੱਬ ਹਬੀਬ ਉੱਤੇ ਹਾਂ
ਸ਼ਾਨ ਨਜ਼ੂਲ ਮੀਆਂ ਪੜ ਪੜੀ ਇਸ਼ਕ ਦੇ ਰਹਿਣ ਮਜਹੂਲ ਮੀਆਂ ਪੜਿਆ ਇਲਮ ਨਾ ਰੱਬ ਦੀ ਤਮ ਹੁੰਦੀ ਇੱਕੋ ਇਸ਼ਕ ਦਾ ਹਰਫ ਮਲੂ ਦਰਜ਼ਾ ਇਸ਼ਕ ਹੈ ਆਸ਼ਿਕਾਂ ਸਾਦਕਾਂ ਦਾ ਕਰਦੇ ਇਸ਼ਕ ਨੇ ਮਰਦ ਕਬੂਲ ਮੀਆਂ ਮੰਜ਼ਲ ਇਸ਼ਕ ਦੀ ਵਿੱਚ ਮਕਸੂਦ ਮਿਲਦਾ ਹਾਂ ਹੋਰ ਨੇ ਤੂਲ ਫਜ਼ੂਲ ਮੀਆਂ ਭਾਵੇਂ ਜ਼ੁਹਦ ਇਬਾਦਤਾਂ ਲੱਖ ਹੋਵਣ ਬਾਜ ਇਸ਼ਕ ਨਜਾਤ ਨਾ ਆਸ਼ਿਕ ਸਦਾ ਜਿੰਦਾ ਖੁਸ਼ੀਆਂ ਨਾਲ ਰਹਿੰਦੇ ਕਦੇ ਹੋ ਨਾ ਬਹਿਣ ਮਲੂਲ ਮੀਆਂ ਇਸ਼ਕ ਆਸ਼ਿਕਾਂ ਦਾ ਸਰਦਾਰ ਹੈ ਤੇ ਆਸ਼ਿਕ ਇਸ਼ਕ ਨੂੰ ਕਰਨ ਕਬੂਲ ਮੀਆਂ ਖਾਤਰ ਇਸ਼ਕ ਦੀ ਜ਼ਮੀਨ ਅਸਮਾਨ ਬਣਿਆ ਲੋਹ ਕਲਮ ਦਾ ਇਸ਼ਕ ਅਸੂਲ ਖੁੱਲੇ ਤਿੰਨਾਂ ਦੇ ਬਾਗ ਕਲੂਬ ਅੰਦਰ ਜਿੰਨਾ ਕੀਤਾ ਹੈ ਇਸ਼ਕ ਕਬੂਲ ਮੀਆਂ ਵਾਰਸ ਆਸ਼ਿਕਾਂ ਤੇ ਕਰਮ ਰੱਬ ਦਾ ਏ ਜਿੰਨਾ ਕੀਤਾ ਹੈ ਇਸ਼ਕ ਹਸੂਲ ਮੀਆਂ ਜਿੰਨਾ ਕੀਤਾ ਹੈ ਇਸ਼ਕ ਹਸੂਲ ਮੀਆਂ ਜਿੰਨਾ ਕੀਤਾ ਹੈ ਇਸ਼ਕ ਹਸੂਲ ਮੀਆਂ ਬਹੁਤ ਬਹੁਤ ਧੰਨਵਾਦ ਜੀ ਅਗਲਾ ਕਲਾਮ ਮੈਂ ਬਿਰਹੋ ਦੇ ਸੁਲਤਾਨ ਜਨਾਬ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਇੱਕ ਕਲਾਮ ਤੁਹਾਡੀ ਨਜ਼ਰ ਕਰ ਰਿਹਾ ਹਾਂ
ओथे इतरां दे वगदे ने चो ओ जिथे मेरा यार वसदा यार वसदा ओ यार वसदा उथे इतरां दे वगदे ने चो ओ जिथे मेरा यार वसदा उथे इतरां दे वसदे ने चो ओ जिथे मेरा यार वसदा जिथों लंघ दिए पौन खलो जिथे लंघ दिए पौन खलो उथे मेरा यार वसदा जिथे इतरां दे वगदे ने चो उथे मेरा यार वसदा आन पर भाता रिश्मा दी मेहंदी पैरी लाण जिथे राता नंगे नंगे पैरी जिथे आन पर भाता रिश्मा दी मेहंदी पैरी लाण जिथे रात जिथे चाननी ओ जिथे चाननी च जिथे चाननी च नावे खुशबू उथे मेरा यार वसदा जिथे इतरां च वगदे ने चो ओए उथे मेरा यार वसदा ਚੰਗੀਆਂ ਫਿਰਨ ਹਵਾਵਾਂ ਜਿੱਥੇ ਹੋ ਕੇ ਨੰਗੀਆਂ ਜਿੱਥੇ ਹਨ ਮੁੰਗੀਆਂ ਚੰਦਨ ਦੀਆਂ ਚੰਗੀਆਂ ਫਿਰਨ ਹਵਾਵਾਂ ਜਿੱਥੇ ਹੋ ਕੇ ਨੰਗੀਆਂ ਉਹ ਜਿੱਥੇ ਦੀਵਿਆਂ ਨੂੰ ਉਹ ਜਿੱਥੇ ਦੀਵਿਆਂ ਜਿੱਥੇ ਦੀਵਿਆਂ ਨੂੰ ਲੱਭਦੀ ਏ ਲੋ ਨੀ ਉੱਥੇ ਮੇਰਾ ਯਾਰ ਵਸਦਾ ਜਿੱਥੇ ਇਤਰਾਂ ਦੇ ਵਗਦੇ ਨੇ ਚੋ ਉੱਥੇ ਮੇਰਾ ਯਾਰ ਵਸਦਾ ਜਿੱਥੇ ਇਤਰਾਂ ਦੇ ਵਗਦੇ ਨੇ ਚੋ ਉੱਥੇ ਮੇਰਾ ਯਾਰ ਵਸਦਾ ਚੁੰਗੀਆਂ ਭਰੀ ਵੇ ਜਿੱਥੇ ਮਿਰਗਾਂ ਦਾ ਯਤਨ ਪਾਣੀਆਂ ਦੇ ਪਟਾਂ ਉੱਤੇ ਸਵੇਂ ਜਿੱਥੇ ਆਥਣ ਚੁੰਗੀਆਂ ਮਰੀ ਵੇ ਜਿੱਥੇ ਮਿਰਗਾਂ ਦਾ ਯਤਨ ਉਹ ਜਿੱਥੇ ਬਦੋਬਦੀ ਹਾਂ ਜਿੱਥੇ ਬਦੋਬਦੀ ਜਿੱਥੇ ਬਦੋਬਦੀ ਅੱਖ ਪੈਂਦੀ ਰੋ ਉੱਥੇ ਮੇਰਾ ਯਾਰ ਵਸਦਾ ਜਿੱਥੇ ਇਤਰਾਂ ਦੇ ਵਗਦੇ ਨੇ ਚੋ ਉੱਥੇ ਮੇਰਾ ਯਾਰ ਵਸਦਾ ਜਿੱਥੇ ਲੰਘਦੀ ਏ ਪੌਣ ਵੀ ਖਲੋ ਹੈ ਲੰਘਦੀ ਏ ਪੌਣ ਵੀ ਖਲੋ ਨੀ ਉੱਥੇ ਮੇਰਾ ਯਾਰ ਵਸਦਾ ਜਿੱਥੇ ਉਥੇ ਮੇਰਾ ਯਾਰ ਵਸਦਾ ਜਿੱਥੇ ਤੇਰਾ ਦੇ ਵਗਦੇ
ਵਗੀ ਦੇਨ ਚੋ ਉੱਥੇ ਮੇਰਾ ਯਾਰ ਵਸਦਾ ਉੱਥੇ ਮੇਰਾ ਯਾਰ ਵਸਦਾ ਉੱਥੇ ਮੇਰਾ ਯਾਰ ਵਸਦਾ ਬਹੁਤ ਬਹੁਤ ਸ਼ੁਕਰੀਆ ਜੀ ਇੱਕ ਇਸੇ ਤਰ੍ਹਾਂ ਦਾ ਖੂਬਸੂਰਤ ਸਾਡੇ ਪੰਜਾਬ ਦਾ ਰੰਗ ਟੱਪੇ ਸ਼ਹਿਰ ਨੇਮਜਿੰਦਰ ਧਨੋਵਾ ਸਾਹਿਬ ਤੁਹਾਡੀ ਨਜ਼ਰ ਸਾਜਨ ਨੈਨਨ ਮੇਰਾ ਪਲਕ ਠਾਂਕੇ ਤੋ ਖੇਲੋ ਨਾ ਮੈਂ ਦੇਖੂੰ ਵਾਰੋਂ ਕੋ ਨਾ ਤੋਹੇ ਦੇਖਣ ਦੂੰ ਸਾਡੇ ਸੁਪਨੇ ਰੰਗੀਨ ਹੋ ਗਏ ਸਾਡੇ ਸੁਪਨੇ ਰੰਗੀਨ ਹੋ ਗਏ ਮਾਇਆ ਵੇ ਤੇਰੇ ਲੜ ਲੱਗ ਗਏ ਅਸੀਂ ਹੋਰ ਵੀ ਹਸੀਨ ਹੋ ਗਏ ਅਸੀਂ ਹੋਰ ਵੀ ਹਸੀਨ ਹੋ ਗਏ ਮਾਇਆ ਵੇ ਤੇਰੇ ਲੜ ਲੱਗ ਗਏ ਸਾਡੇ ਸੁਪਨੇ ਰੰਗੀਨ ਹੋ ਗਏ ਮਾਇਆ ਵੇ ਤੇਰੇ ਲੜ ਲੱਗ ਗਏ ਅਸੀਂ ਹੋਰ ਵੀ ਸ਼ਕੀਨ ਹੋ ਗਏ ਅਸੀਂ ਹੋਰ ਵੀ ਸ਼ਕੀਨ ਹੋ ਗਏ ਮਾਇਆ ਵੇ ਤੇਰੇ ਲੜ ਲੱਗ ਗਏ ਮਾਇਆ ਵੇ ਤੇਰੇ ਲੜ ਲੱਗ ਅੱਖਾਂ ਸਾਵੇ ਨੂਰ ਰੱਬ ਦਾ ਤੇ ਬਾਹਾਂ 'ਚ ਤੂੰ ਸੋਹਣਿਆ ਅੱਖਾਂ ਸਾਵੇ ਨੂਰ ਰੱਬ ਦਾ ਤੇ ਬਾਹਾਂ 'ਚ ਤੂੰ ਸੋਹਣਿਆ ਤੂੰ ਸਾਨੂੰ ਆ ਮਿਲਿਆ ਸਾਨੂੰ ਰੱਬ ਦਾ ਯਕੀਨ ਹੋ ਗਿਆ ਸਾਨੂੰ ਰੱਬ ਦਾ ਯਕੀਨ ਹੋ ਗਿਆ ਵੇ ਤੂੰ ਸਾਨੂੰ ਆ ਮਿਲਿਆ ਅੰਬਰ ਜ਼ਮੀਨ ਹੋ ਗਿਆ ਵੇ ਤੂੰ ਸਾਨੂੰ ਆ ਮਿਲਿਆ ਤੇਰੀ ਮੰਗਾਂ ਮੈਂ ਦੁਆਇਸ਼ ਕੀ ਉਹ ਤੇਰੀ ਮੰਗਾਂ ਮੈਂ ਦੁਆਇਸ਼ ਕੇ ਬਦਲੀ ਦਾ ਖੁੰਡ ਕੱਢ ਕੇ ਵਿੱਚ ਬਿਜਲੀ ਦੇ ਵਾਂਗ ਲਿਸ਼ਕੇ ਬਦਲੀ ਦਾ ਖੁੰਡ ਕੱਢ ਕੇ ਵਿੱਚ ਬਿਜਲੀ ਦੇ ਵਾਂਗ ਲਿਸ਼ਕੇ
ਧੁੱਪਾਂ ਤਿੱਖੀਆਂ ਨੇ ਤਨ ਖਾ ਲਿਆ, ਧੁੱਪਾਂ ਤਿੱਖੀਆਂ ਨੇ ਤਨ ਖਾ ਲਿਆ, ਵੇ ਕੋਠਿਆਂ ਤੇ ਰੰਗ ਸੁੱਟੀ ਜਾ, ਕੋਠਿਆਂ ਤੇ ਰੰਗ ਸੁੱਟੀ ਜਾ, ਸੱਤ ਰੰਗੀ ਪੀਂਗ ਵਾਲਿਆ, ਸੱਤ ਰੰਗੀ ਪੀਂਗ ਵਾਲਿਆ, ਵੇ ਕੋਠਿਆਂ ਤੇ ਰੰਗ ਸੁੱਟੀ ਜਾ, ਸੱਤ ਰੰਗੀ ਪੀਂਗ ਵਾਲਿਆ, ਵੇ ਕੋਠਿਆਂ ਤੇ ਰੰਗ ਸੁੱਟ ਜਾ, ਸੱਤ ਰੰਗੀ ਪੀਂਗ ਵਾਲਿਆ, ਵੇ ਕੋਠਿਆਂ ਤੇ ਰੰਗ ਸੁੱਟ ਜਾ, ਕੋਠਿਆਂ ਤੇ ਰੰਗ ਸੁੱਟ ਜਾ, ਵੇ ਕੋਠਿਆਂ ਤੇ ਰੰਗ ਸੁੱਟ ਜਾ, ਵੇ ਕੋਠਿਆਂ ਤੇ ਰੰਗ ਸੁੱਟ ਜਾ, ਵੇ ਕੋਠਿਆਂ ਤੇ ਰੰਗ ਸੁੱਟ ਜਾ। ਸੋ ਬਹੁਤ ਬਹੁਤ ਸ਼ੁਕਰੀਆ ਇੰਨੇ ਪਿਆਰ ਲਈ। ਅਖੀਰ 'ਚ ਮੇਰੀ ਇੱਕ ਛੋਟੀ ਜਿਹੀ ਹਾਜ਼ਰੀ ਔਰ ਤੁਹਾਡਾ ਸਾਰਿਆਂ ਦਾ ਇਸੇ ਤਰ੍ਹਾਂ ਦਾ ਸਾਥ ਜਿਹੜਾ ਆ ਉਹ ਮਿਲਦਾ ਰਹੇਗਾ ਅਤੇ ਤੁਹਾਡਾ ਬਹੁਤ ਸ਼ੁਕਰੀਆ। ਚੰਦ ਸ਼ੇਰ ਮੀਆਂ ਮੁਹੰਮਦ ਬਖਸ਼ ਸਾਹਿਬ ਦੀ ਤੁਹਾਡੀ ਨਜ਼ਰ। ਬੜੀਆਂ ਸੁਣਨ ਵਾਲੀਆਂ ਗੱਲਾਂ ਨੇ, ਤੁਹਾਨੂੰ ਕੱਲੇ ਕੱਲੇ ਸ਼ੇਰ ਦਾ ਮਜ਼ਾ ਆਏਗਾ। ਅਵਲ ਹਮਦ ਉਹ ਸਦਾ ਇਲਾਹੀ, ਤੇ ਜੋ ਮਾਲਕ ਹਰ ਘਰ ਦਾ, ਉਸ ਦਾ ਨਾਮ ਚਿਤਾਰਨ ਵਾਲਾ, ਹਰ ਮੈਦਾਨ ਨਾ ਘਰ ਦਾ, ਉਸ ਦਾ ਨਾਮ ਚਿਤਾਰਨ ਵਾਲਾ, ਹਰ ਮੈਦਾਨ ਨਾ ਘਰ ਦਾ, ਅਵਲ ਹਮਦ ਸਦਾ ਇਲਾਹੀ, ਜੋ ਮਾਲਕ ਹਰ ਘਰ ਦਾ, ਉਸ ਦਾ ਨਾਮ ਚਿਤਾਰਨ ਵਾਲਾ, ਹਰ ਮੈਦਾਨ ਨਾ ਘਰ ਦਾ, ਉਸ ਦਾ ਨਾਮ ਚਿਤਾਰਨ ਵਾਲਾ, ਹਰ ਮੈਦਾਨ ਨਾ ਘਰ ਦਾ। ਨੀਵਿਆਂ ਦੇ ਨਾਲ ਨੀਵਾਂ ਹੋ ਜਾ, ਉਹ ਨੀਵਾਂ ਰੱਖ ਦਰਵਾਜ਼ਾ, ਪਤਾ ਨਹੀਂ ਕਿਸ ਵਕਤ ਮੁਹੰਮਦ ਆ ਜਾਵੇ ਆਵਾਜ਼ਾ, ਪਤਾ ਨਹੀਂ ਕਿਸ ਵਕਤ ਮੁਹੰਮਦ ਆ ਜਾਵੇ ਆਵਾਜ਼ਾ, ਉੱਚਾ ਨਾਮ ਰਖਾਇਆ ਜਿਸਨੇ ਤੇ ਚੁੱਲ੍ਹੇ ਵਿੱਚ ਉਹ ਸੜਿਆ, ਉੱਚਾ ਨਾਮ ਰਖਾਇਆ ਜਿਸਨੇ ਤੇ ਚੁੱਲ੍ਹੇ ਵਿੱਚ ਉਹ ਸੜਿਆ, ਪੀਵਾ ਹੋ ਕੇ ਲੰਘ ਮੁਹੰਮਦ ਲੰਘ ਜਾਵੇਗਾ ਅੜਿਆ, ਨੀਵਾਂ ਹੋ ਕੇ ਲੰਘ ਮੁਹੰਮਦ ਲੰਘ ਜਾਵੇਗਾ ਅੜਿਆ। ਕੱਪੜਾ ਫਟੇ ਤੇ ਲੱਗੇ ਤਰਾਪਾ,
ਲੱਗੇ ਤਰੋਪਾ ਤੇ ਦਿਲ ਫਟੇ ਕੀ ਸੀਣਾ ਕੱਪੜਾ ਫਟੇ ਤੇ ਲੱਗੇ ਤਰੋਪਾ ਉਹ ਦਿਲ ਫਟੇ ਕੀ ਸੀਣਾ ਸੱਜਣ ਜਿਨ੍ਹਾਂ ਦੇ ਦੂਰ ਗਏ ਨੇ ਕੀ ਮਰਨਾ ਕੀ ਜੀਣਾ ਸੱਜਣਾ ਬਾਜ ਮੁਹੰਮਦ ਬਖਸ਼ਾ ਕੀ ਮਰਨਾ ਕੀ ਜੀਣਾ ਦੁਖੀਆ ਜਾਣੇ ਉਹ ਸੁਖੀਏ ਨੂੰ ਕੀ ਖਬਰਾਂ ਦੁਖੀਏ ਦਾ ਦੁੱਖ ਦੁਖੀਆ ਜਾਣੇ ਉਹ ਸੁਖੀਏ ਨੂੰ ਕੀ ਖਬਰਾਂ ਸੱਜਣ ਜਿਨ੍ਹਾਂ ਦੇ ਮੌਤ ਨੇ ਮਾਰੇ ਉਹ ਰੋਂਦੇ ਤੱਕ ਤੱਕ ਖਬਰਾਂ ਸੱਜਣ ਜਿਨ੍ਹਾਂ ਦੇ ਮੌਤ ਨੇ ਮਾਰੇ ਉਹ ਰੋਂਦੇ ਤੱਕ ਤੱਕ ਖਬਰਾਂ ਮਾਂ ਤੇ ਪਿਓ ਨੇ ਦੋਵੇਂ ਸੱਜਣਾ ਉਸ ਮਾਲਕ ਦਾ ਮੇਵਾ ਮਾਂ ਤੇ ਪਿਓ ਨੇ ਦੋਵੇਂ ਸੱਜਣੋ ਉਸ ਮਾਲਕ ਦਾ ਮੇਵਾ ਜਿਸਨੇ ਜੰਨਤ ਜਾਣਾ ਹੋਵੇ ਉਹ ਕਰ ਲੈ ਦੋਵਾਂ ਦੀ ਸੇਵਾ ਜਿਸਨੇ ਜੰਨਤ ਜਾਣਾ ਹੋਵੇ ਕਰ ਲੈ ਦੋਵਾਂ ਦੀ ਸੇਵਾ ਜਾਣਾ ਹੋਵੇ ਕਰ ਲੈ ਦੋਵਾਂ ਦੀ ਸੇਵਾ ਮਾਂ ਮਰੇ ਤਾਂ ਰਿਸ਼ਤੇ ਮੁੱਕਦੇ ਬਾਜ ਪੜ੍ਹਾਵਾਂ ਮੁਹੰਮਦ ਬਖਸ਼ਾ ਬਾਜ ਪੜ੍ਹਾਵਾਂ ਮੁਹੰਮਦ ਬਖਸ਼ਾ ਉਜੜ ਜਾਂਦਾ ਜੇ ਮੇਲਾ ਬਾਜ ਪੜ੍ਹਾਵਾਂ ਮੁਹੰਮਦ ਬਖਸ਼ਾ ਉਜੜ ਜਾਂਦਾ ਜੇ ਮੇਲਾ ਬਾਜ ਪੜ੍ਹਾਵਾਂ ਮੁਹੰਮਦ ਬਖਸ਼ਾ ਉਜੜ ਜਾਂਦਾ ਜੇ ਮੇਲਾ ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ ਉਹ ਸੱਜਣਾ ਵੀ ਮਰ ਜਾਣਾ ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਸਿਖਰਾਂ ਤੇ ਦਿਨ ਗਿਆ ਮੁਹੰਮਦ ਆਖਰ ਨੂੰ ਡੁੱਬ ਜਾਣਾ ਆਖਰ ਨੂੰ ਡੁੱਬ ਜਾਣਾ ਸਿਖਰਾਂ ਤੇ ਦਿਨ ਗਿਆ ਮੁਹੰਮਦ ਆਖਰ ਨੂੰ ਡੁੱਬ ਜਾਣਾ ਤੇ ਲੱਖਾਂ ਬੇਰ ਬੇਰੀ ਨੂੰ ਲੱਗਦੇ ਲੱਖਾਂ ਬੇਰ ਬੇਰੀ ਨੂੰ ਲੱਗਦੇ ਤੇ ਚੜ ਜਾਂਦੇ ਕਈ ਕੱਚੇ ਲੱਖਾਂ ਬੇਰ ਬੇਰੀ ਨੂੰ ਲੱਗਦੇ ਚੜ ਜਾਂਦੇ ਕਈ ਕੱਚੇ ਜਿਹੜੇ ਪੱਕਣ ਨਾਲ ਮੁਹੰਮਦ ਬਚਣ ਉਹਨਾਂ ਦੇ ਵੱਟੇ ਜਿਹੜੇ ਪੱਕਣ ਨਾਲ ਮੁਹੰਮਦ
ਸੋ ਇੱਕ ਵਾਰ ਫਿਰ ਤੋਂ ਡੀਡੀ ਪੰਜਾਬੀ ਦਾ ਇਹਨੇ ਪਿਆਰ ਸਤਿਕਾਰ ਲਈ ਹਮੇਸ਼ਾ ਆਸ਼ੀਰਵਾਦ ਆ ਰੱਖਣ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨੀ ਦੇਰ ਤੱਕ ਬਰਦਾਸ਼ਤ ਕੀਤਾ, ਸ਼ੁਕਰੀਆ ਜੀ। ਔਰ ਇੱਕ ਵਾਰ ਫਿਰ ਤੋਂ ਡੀਡੀ ਪੰਜਾਬੀ ਦੇ 22ਵੇਂ ਵਰ੍ਹੇਗੰਢ ਦੀ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਢੇਰ ਸਾਰੀਆਂ ਮੁਬਾਰਕਾਂ। ਧੰਨਵਾਦ। ਵਾਹ 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 ਵਾਹ, ਜ਼ੋਰਦਾਰ ਤਾੜੀਆਂ। ਵਾਹ ਯਕੂਬ, ਬਹੁਤ ਖੂਬ, ਬਹੁਤ ਹੀ ਪਿਆਰੀ ਪਰਫੋਰਮੈਂਸ, ਤੁਸੀਂ ਵੀ ਇੰਜੋਏ ਕੀਤੀ ਹੋ। ਜਿਹੜੇ ਆਪਣੇ ਘਰ ਬੈਠੇ ਹੋਣਗੇ ਟੀ ਵੀ ਦੇ ਸਾਹਮਣੇ, ਉਹਨਾਂ ਨੇ ਵੀ ਬਹੁਤ ਲੁਤਫ ਲਿਆ ਹੋਏਗਾ। ਬਹੁਤ ਹੀ ਪਿਆਰਾ ਗਾਇਆ, ਐਸੇ ਐਸੇ ਸੁਰ ਲਏ ਵਰਨ ਨੇ, ਕਮਾਲ ਕਰ ਦਿੱਤੀ, ਮੈਂ ਆਪ ਨੱਚ ਰਿਹਾ ਸੀ। ਵਾਹ, ਬਹੁਤ ਖੂਬ। ਡੀਡੀ ਪੰਜਾਬੀ ਮਨਾ ਰਿਹਾ ਅੱਜ ਆਪਣੀ 22ਵੀਂ ਵਰ੍ਹੇਗੰਢ। ਕਹਿੰਦੇ ਆ ਕਿ ਇਹ ਦੁਨੀਆ ਨਾ ਇੱਕ ਸਰੀਰ ਹੈ, ਠੀਕ ਹੈ ਜੀ, ਔਰ ਨਫਸ ਇੱਕ ਸੰਗੀਤ ਹੈ। ਸੰਗੀਤ ਜਦੋਂ ਨਫਸ ਰੁਕ ਗਈ, ਸਾਡੀ ਦੁਨੀਆ ਰੁਕ ਗਈ। ਦੇਖੋ ਰੱਬ ਨੇ ਕਿੰਨਾ ਸੋਹਣਾ ਇਹ ਸੰਸਾਰ ਬਣਾਇਆ। ਟਿਕ 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 ਟਿਕ, ਨਵਜ ਵੀ ਇੱਕ ਲੈ ਦੇ ਵਿੱਚ ਚੱਲਦੀ ਹੈ, ਸਾਰਾ ਕੁਝ ਲੈ ਦੇ ਵਿੱਚ ਚੱਲਦਾ। ਸੋ ਦੁਨੀਆ ਆ ਕਦੇ ਬਦਲਦੀ ਹੈ, ਕੁਝ ਨਵੇਂ ਬਦਲਾਅ ਆਉਂਦੇ ਆ। ਸੰਗੀਤ ਹਮੇਸ਼ਾ ਆਪਣੀ ਦਾਅਵੇਦਾਰੀ ਬਣਾ ਕੇ ਰੱਖਦਾ, ਡੀਡੀ ਪੰਜਾਬੀ ਆਪਣਾ ਰੋਬ ਹਮੇਸ਼ਾ ਬਣਾ ਕੇ ਰੱਖਦਾ। ਅੱਛਾ, ਮੈਨੂੰ ਨਾ ਸੰਧੂ ਸਾਹਿਬ ਬਦਲਾਅ ਤੋਂ ਨਾ ਇੱਕ ਬੋਲੀ ਚੇਤੇ ਆਈ, ਠੀਕ ਹੈ। ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ, ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈ, ਚੀਰੇ ਵਾਲਿਆ ਵੇਖਦਾ ਆਈ ਵੇ, ਮੇਰਾ ਫੋਨ ਗਵਾਚਾ ਨਿਗਾ ਮਾਰਦਾ ਆਈ ਵੇ, ਮੇਰਾ ਫੋਨ ਗਵਾਚਾ ਨਿਗਾ ਮਾਰਦਾ ਆਈ ਵੇ, ਮੇਰਾ ਫੋਨ ਗਵਾਚਾ। ਬਦਲਾਇਆ ਮਤਲਬ ਫੋਨ ਹੀ ਗਵਾਚਾ, ਹੁਣ ਫੋਨ ਗਵਾਚ ਗਿਆ, ਲੌਂਗ ਗਵਾਚਣ ਦੇ ਜ਼ਮਾਨੇ ਗਏ। ਸਹੀ ਗੱਲ ਹੈ ਜੀ, ਸਹੀ ਗੱਲ ਹੈ, ਫੋਨ ਹੀ ਗਵਾਚਦੇ ਆ। ਤੁਸੀਂ ਕਿਹਨੂੰ ਦੇ ਕੇ ਆਏ ਫੋਨ? ਮੈਂ ਆਪਣਾ ਫੋਨ ਜੇ ਮੈਂ ਇੱਥੇ ਦੱਸਤਾ ਕਿਹਨੂੰ ਦੇ ਕੇ ਆਈ ਆ, ਫਿਰ ਪਤਾ ਨਾ ਲੱਗ ਜਵੇ ਫੋਨ ਕਿੱਥੇ ਆ। ਇੱਦਾਂ ਹੀ ਆ ਨਾ। ਸੋ ਦੇਖੋ ਜ਼ਿੰਦਗੀ ਦੇ ਵਿੱਚ ਬਦਲਾਅ ਚੱਲਦੇ ਰਹਿੰਦੇ, ਸਾਰਾ ਕੁਝ ਬਦਲਦਾ ਹੋਇਆ ਵੀ ਇਨਸਾਨ ਸਥਿਰ ਰਹਿਣਾ ਚਾਹੀਦਾ। ਜਿਵੇਂ ਸਾਡਾ ਡੀਡੀ ਪੰਜਾਬੀ ਆ, ਸਾਡੇ ਡੀਡੀ ਪੰਜਾਬੀ ਨੇ ਆਪਣਾ ਦਬਦਬਾ ਕਾਇਮ ਰੱਖਿਆ। ਜਿਹੜੀ ਗੱਲ ਅਸੀਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਕਹੀ ਸੀ, ਅਸੀਂ ਬਾਰ ਬਾਰ ਦੁਹਰਾਉਂਦੇ ਹਾਂ, ਕਿਉਂਕਿ ਸਾਡੀਆਂ ਰਗਾਂ ਦੇ ਵਿੱਚ ਵਸਿਆ ਹੋਇਆ ਇਹ ਮੁਹੱਬਤ, ਸਾਡੇ ਖੂਨ ਦੇ ਵਿੱਚ ਵਸੀ ਹੋਈ ਹੈ। ਪਰ ਨਾ ਇੱਕ ਗੱਲ ਹੋਰ ਆ, ਬੋਲੋ ਜੀ। ਜਿੰਨਾ ਮਰਜ਼ੀ ਜ਼ਿੰਦਗੀ ਚ ਆਪਾਂ ਨਾ ਦੁਖੀ ਹੋ ਲਈਏ, ਖਿੱਜ ਲਈਏ, ਜੋ ਮਰਜ਼ੀ ਹੋ ਜਾਵੇ, ਹੱਸਣਾ ਕਿੰਨਾ ਕੁ ਜ਼ਰੂਰੀ ਹੈ? ਬਹੁਤ ਜ਼ਿਆਦਾ ਜੀ। ਜਿੱਦਾਂ ਤੁਸੀਂ ਪਹਿਲਾਂ ਦੱਸਿਆ ਕਿ ਸੰਗੀਤ, ਸੰਗੀਤ ਦਾ ਸੰਗ ਕਰਨਾ, ਗੀਤ ਦਾ ਸੰਗ ਕਰਨਾ, ਗੀਤ ਦਾ ਸੰਗ ਵੀ ਹੋ ਗਿਆ ਔਰ ਸੰਗ ਵੀ ਲੈ ਗਈ, ਪਰ ਜਿਹੜਾ ਹਾਸਾ ਹੈ ਨਾ, ਉਹ ਵੀ ਬਹੁਤ ਜ਼ਰੂਰੀ ਹੈ। ਜੇ ਜ਼ਿੰਦਗੀ ਚੋਂ ਹਾਸਾ ਹੀ ਖਤਮ ਹੋ ਗਿਆ ਤਾਂ ਜ਼ਿੰਦਗੀ ਕਾਹਦੀ ਹੈ ਜੀ? ਦਰਸ਼ਕ ਵੀ ਉਡੀਕਦੇ ਹੋਣੇ ਆ ਕਿ ਕੁੱਲੇ ਸ਼ਾਹ ਜੀ ਇੱਕ ਵਾਰੀ ਤਾਂ ਜ਼ਰੂਰ ਆਉਣ। ਫਿਰ ਜ਼ੋਰਦਾਰ ਤਾੜੀਆਂ ਜੀ, ਸੋ ਕਰਦੇ ਆ ਸ਼ੁਰੂਆਤ ਉਹਨਾਂ ਦੀ। ਵਾਹ ਵਾਹ। ਹਾਂਜੀ ਕੁੱਲੇ ਸ਼ਾਹ ਜੀ, ਥੈਂਕ ਯੂ। ਅੱਜ ਬੜਾ ਖੁਸ਼ੀ ਦਾ ਟਾਈਮ ਹੈ, ਖੁਸ਼ੀਆਂ ਭਰਿਆ ਮਾਹੌਲ ਹੈ, ਤੇ ਸਭ ਤੋਂ ਪਹਿਲਾਂ ਨਾ ਮੈਨੂੰ ਵਧਾਈ ਦਿਓ।
ਤੈਨੂੰ ਵਧਾਈ ਕਾਹਦੀ, ਮੇਰੇ ਕੋਲ ਭੱਜਾ ਪਿਆ ਯਾਰ ਨਹੀਂ ਬੰਦਾ। ਮੈਂ ਉਸ ਵਧਾਈ ਦੀ ਨਹੀਂ ਗੱਲ ਕਰਦਾ ਪਿਆ, ਅਗਲੇ ਮਹੀਨੇ ਮੇਰਾ ਵਿਆਹ ਵਾ, ਮੈਂ ਉਸ ਵਧਾਈ ਦੀ ਗੱਲ ਕਰਦਾ ਪਿਆ ਵਾਂ। ਅੱਛਾ, ਵਧਾਈ ਵਧਾਈ, ਵਧਾਈਆਂ 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 ਵਧਾਈਆਂ। ਕੁੱਲੇ ਸ਼ਾਹ ਜੀ, ਹਾਂਜੀ, ਮੇਰੇ ਵਿਆਹ ਤੇ ਆਓਗੇ ਨਾ? ਕੀ ਕਿਹਾ ਜੀ? ਮੇਰੇ ਵਿਆਹ ਤੇ ਆਓਗੇ ਨਾ? ਇੱਕ ਸ਼ਰਤ ਆਵਾਂਗਾ। ਉਹ ਕਿਹੜੀ? ਲਾੜਾ ਮੈਂ ਬੰਨਾ ਹੀ। ਓਏ ਓਏ, ਲਾੜਾ ਤੂੰ ਬਣ ਗਿਆ ਤੇ ਮੈਂ ਕੀ ਬਣਨਾ ਵਾ? ਤੂੰ ਸਰਬਾਲਾ, ਉਹ ਵੀ ਤੇ ਹੋਣਾ ਚਾਹੀਦਾ ਨਾ, ਸਰਬਾਲਾ ਵੀ ਹੋਣਾ ਚਾਹੀਦਾ। ਮੈਂ ਨਾ ਕੁੱਲੇ ਸ਼ਾਹ, ਤੂੰ ਬਹੁਤ ਜ਼ਿਆਦਾ ਸ਼ਰਾਰਤੀ ਹੋ ਗਿਆ। ਤੂੰ ਸ਼ਰਾਰਤੀ ਦੀ ਗੱਲ ਕਰਨਾ ਭਰਾਵਾ, ਇੱਕ ਵਾਰੀ ਮੇਰੇ ਨਾਲ ਸ਼ਰਾਰਤ ਹੋਈ ਸੀ। ਤੇਰੇ ਨਾਲ ਕਿਹੜੀ ਸ਼ਰਾਰਤ ਹੋ ਗਈ? ਮੈਂ ਸ਼ੇਵ ਵਾਲੀ ਦੁਕਾਨ ਤੇ ਸ਼ੇਵ ਕਰਾਉਣ ਡਿਆ, ਇੱਕ ਛੋਟਾ ਮੁੰਡਾ ਦੌੜਾ ਦੌੜਾ ਆਇਆ, ਆ ਕਹਿੰਦਾ ਕੁੱਲੇ ਸ਼ਾਹ ਜੀ ਤੁਹਾਡੀ ਵੋਟੀ ਕੋਠੇ ਡਿੱਗ ਪਈ ਹੈ। ਮੈਂ ਭਾਈ ਨੂੰ ਮਾਰਿਆ ਧੱਕਾ, ਕੁਰਸੀ ਨੂੰ ਮਾਰੀ ਲੱਤ, ਮੂੰਹ ਤੇ ਸਭ ਲੱਗਾ, ਘਰ ਵੱਲ ਦੌੜ ਪਿਆ। ਮੈਂ ਦੌੜੀ ਜਾਵਾਂ ਦੌੜੀ ਜਾਵਾਂ ਦੌੜੀ ਜਾਵਾਂ ਤੇ ਅੱਜ ਸ਼ਰਮਿੰਦਾ ਹੋ ਕੇ ਵਾਪਸ ਆ ਗਿਆ। ਨਹੀਂ, ਆਦਿ ਚੋਂ ਸ਼ਰਮਿੰਦਾ ਹੋ ਕੇ ਵਾਪਸ ਆ ਗਿਆ? ਮੈਂ ਐਵੇਂ ਦੌੜੀ ਜਾਂਦਾ, ਐਵੇਂ ਦੌੜੀ ਜਾਂਦਾ, ਬਾਅਦ ਮੈਨੂੰ ਯਾਦ ਆਇਆ ਮੇਰਾ ਤਾਂ ਅਜੇ ਵਿਆਹ ਹੀ ਨਹੀਂ ਹੋਇਆ। ਇੱਥੋਂ ਪਤਾ ਲੱਗਦਾ ਕਿ ਅਜੇ ਤੱਕ ਤੇਰਾ ਵਿਆਹ ਨਹੀਂ ਹੋਇਆ। ਵਿਆਹ ਕਿਹੜੀ ਕੋਲੋਂ ਨਹੀਂ ਹੋਇਆ ਅੱਜ ਤੱਕ ਤੇਰਾ? ਵਿਆਹ ਭਰਾਵਾ, ਜਿਹੜੀ ਕੁੜੀ ਮੈਨੂੰ ਪਸੰਦ ਆਉਂਦੀ ਸੀ ਮੈਂ ਉਹਨੂੰ ਪਸੰਦ ਨਹੀਂ ਆਉਂਦਾ। ਅੱਛਾ, ਬਸ ਇੱਦਾਂ ਇਸੇ ਚੱਕਰ 'ਚ ਵਿਆਹ ਨਹੀਂ ਹੋਇਆ। ਆਹ ਜਿਹੜੀ ਤੇਰੀ ਗੱਲ ਹੈ ਨਾ, ਮੈਂ ਸਮਝਿਆ ਨਹੀਂ ਕੁਛ। ਸਮਝਣ ਲੱਗਾ ਦਾ, ਇੱਕ ਵਾਰੀ ਮੈਂ ਕਿਤੇ ਫੋਨ ਕੀਤਾ, ਹਾਂ, ਰੋਂਗ ਨੰਬਰ ਲੱਗ ਗਿਆ। ਅੱਛਾ, ਅੱਗੋਂ ਕਿਸੇ ਕੁੜੀ ਨੇ ਚੁੱਕ ਲਿਆ, ਮੈਂ ਰਾਈਟ ਨੰਬਰ ਲੱਗਾ। ਉਸ ਤੋਂ ਬਾਅਦ ਗੱਲਬਾਤ ਸ਼ੁਰੂ ਹੋ ਗਈ, ਗੱਲਾਂ ਬਾਤਾਂ ਕਰਦੇ ਰਹੇ, 6 ਮਹੀਨੇ ਲੰਘ ਗਏ। ਇੱਕ ਦਿਨ ਮੈਂ ਹੌਸਲਾ ਜਿਹਾ ਕੀਤਾ, ਮਹਾਂ ਮੈਣਾ ਤੁਹਾਡੀ ਝਲਕ ਵੇਖਣਾ ਚਾਹੁੰਦਾ। ਆਹਾ, ਕਹਿੰਦੀ ਠੀਕ ਹੈ। ਉਹਨੇ ਡਰੈਸ ਦੇ ਦਿੱਤਾ ਤੇ ਆਪਣੀ ਡਰੈਸ ਦੱਸਤੀ, ਫਲਾਣੀ ਗਲੀ 'ਚ ਇਹ ਡਰੈਸ ਪਾਈ ਹੋਏਗੀ। ਅੱਛਾ, ਹੁਣ ਮੇਰੇ ਪੱਲੇ ਪੈਸਾ ਕੋਈ ਨਹੀਂ ਸੀ, ਮੈਂ ਯਾਰਾਂ ਦੋਸਤਾਂ ਕੋਲ ਪੈਸੇ ਫੜੇ, ਸੂਟ ਕਿਸੇ ਕੋਲ ਫੜਿਆ, ਸ਼ਰਟ ਕਿਸੇ ਕੋਲ, ਪੈਂਟ ਕਿਸੇ ਕੋਲ। ਮੈਂ ਤੇਜੀ ਨੂੰ ਕਿਹਾ, ਮੈਂ ਯਾਰ ਮੈਂ ਕੁੜੀ ਨੂੰ ਮਿਲਣ ਜਾਣਾ। ਅੱਛਾ, ਤੇਜੀ ਕਹਿੰਦਾ ਮੇਰਾ ਮੋਟਰਸਾਈਕਲ ਲਾਇਆ। ਮੈਂ ਮੈਨੂੰ ਹੁਣ ਚਲਾਉਣਾ ਨਹੀਂ ਆਉਂਦਾ। ਕਹਿੰਦਾ ਮੈਂ ਚਲਾ ਲਾਂਗਾ। ਇਹ ਜੀ ਮੋਟਰਸਾਈਕਲ 'ਤੇ ਮੈਂ ਪਿੱਛੇ ਬਹਿ ਗਿਆ, ਜਿਹੜਾ ਡਰੈਸ ਦੱਸਿਆ ਮੈਂ ਪਹੁੰਚ ਗਿਆ, ਡਰੈਸ ਵੇਖੀ ਉਹ ਪਾਈ ਹੈ। ਆਹਾ, ਕੁੜੀ ਵੇਖ ਕੇ ਮੈਨੂੰ ਸਕੂਨ ਆ ਗਿਆ, ਬੜੀ ਸੋਹਣੀ ਕੁੜੀ। ਸ਼ਾਮ ਨੂੰ ਉਹਦਾ ਫੋਨ ਆ ਗਿਆ, ਕਹਿੰਦੀ ਮੈਂ ਕੈਸੀ ਲੱਗੀ ਹਾਂ? ਮੈਂ ਤੂੰ ਮੈਨੂੰ ਬੜੀ ਸੋਹਣੀ ਲੱਗੀ ਹੈ। ਮੈਂ ਕੈਸਾ ਲੱਗਾਂ? ਕਹਿੰਦੀ ਤੂੰ ਹੀ ਬੜਾ ਸੋਹਣਾ ਲੱਗਾ, ਪਰ ਤੇਰੇ ਪਿੱਛੇ ਜਿਹੜਾ ਉਹ ਬੈਠਾ ਸੀ ਨਾ ਬਾਂਦਰ ਜਿਹਾ, ਉਹ ਕੌਣ ਸੀ? ਮੇਰੀ ਫੇਰ ਗੱਲ ਰਹਿ ਗਈ ਇਹਦਾ ਮਤਲਬ ਕਿ ਕੁੱਲੇ ਸ਼ਾਹ ਤੈਨੂੰ ਬਾਂਦਰ ਕਹਿ ਗਈ? ਉਹਨੇ ਤਾਂ ਨਹੀਂ ਕਿਹਾ, ਤੂੰ ਕਹਿਤਾ ਜੀ। ਮੈਂ ਕਹਿਤਾ ਵਾ, ਗੱਲ ਸੁਣ। ਇੱਕ ਵਾਰੀ ਮੈਂ ਭਰਾਵਾ ਸਿਹਰੇ ਬਣ ਕੇ ਚਲਾ ਗਿਆ, ਉੱਥੇ ਹੀ ਮੇਰਾ ਕੰਮ ਖਰਾਬ ਹੋ ਗਿਆ। ਉੱਥੇ ਕਿਸ ਤਰ੍ਹਾਂ ਹੋ ਗਿਆ? ਬਸ ਉੱਥੋਂ ਹੀ ਬਲੰਗ ਵਾਪਸ ਆ ਗਈ ਬਰਾਤ। ਕੀ ਹੋਇਆ? ਮੇਰਾ ਖਿਆਲ ਆਈਟਮ ਤਿਆਰ ਹੈ, ਆਪਾਂ ਚੱਲੀਏ, ਬਾਅਦ 'ਚ ਫੇਰ ਆਵਾਂਗੇ। ਅੱਛਾ, ਥੈਂਕ ਯੂ। ਤਾਲੀਆਂ, ਜ਼ੋਰਦਾਰ ਤਾਲੀਆਂ। ਰੌਣਕਾਂ ਲੱਗੀਆਂ ਪਈਆਂ ਤੁਹਾਡੀ ਵਾਹ ਵਾਹ ਨੂੰ ਮੈਂ ਤਾਂ ਕੱਟਿਆ ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਨਾ ਐਕਸਾਈਟਮੈਂਟ ਲੈਵਲ ਇੰਨਾ ਹੋ ਚੁੱਕਿਆ ਜਸ਼ਨਾਂ ਦੀ ਰਾਤ ਦਾ, ਔਰ ਜਸ਼ਨ ਪੂਰੇ ਜ਼ੋਰਾਂ ਸ਼ੋਰਾਂ 'ਤੇ ਆ। ਡੀ ਡੀ ਪੰਜਾਬੀ ਆਪਣੀ 5ਵੀਂ ਵਰ੍ਹੇਗੰਢ ਮਨਾ ਰਿਹਾ, ਸੋ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਵੱਖਰੇ ਵੱਖਰੇ ਰੰਗ ਦੇਖਣ ਨੂੰ ਮਿਲ ਰਹੇ, ਖੁਸ਼ੀਆਂ ਸਾਡੇ ਵਿਹੜੇ ਦੇ ਵਿੱਚ ਅੱਜ ਪਹੁੰਚੀਆਂ ਹੋਈਆਂ। ਜਿੰਨੇ ਵੀ ਦਰਸ਼ਕ ਘਰਾਂ ਦੇ ਵਿੱਚ ਬੈਠੇ ਹੋਏ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ, ਸਾਨੂੰ ਉਮੀਦ ਨਹੀਂ ਯਕੀਨ ਆ ਕਿ ਉਹ ਇਸ ਪ੍ਰੋਗਰਾਮ ਨੂੰ ਬਹੁਤ 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 ਪਸੰਦ ਕਰਦੇ ਹੋਣਗੇ। ਕਿਆ ਬਾਤ ਹੈ ਜੀ, ਤੇ ਅਗਲੇ ਜਿਹੜੇ ਆਪਣੇ ਸਟਾਰ ਆ ਰਹੇ ਨੇ ਜੀ, ਕਿਆ ਹੀ ਬਾਤ ਹੈ ਜੀ, ਉਹ ਮੇਲਿਆਂ ਦੇ ਬਾਦਸ਼ਾਹ ਨੇ। ਅੱਛਾ, ਔਰ ਸਟੇਜ ਦੇ ਧਨੀ ਨੇ। ਵਾਹ, ਜਿੱਥੇ ਵੀ ਜਾਂਦੇ ਨੇ ਰੌਣਕਾਂ ਲਾ ਦਿੰਦੇ ਨੇ। ਹਾਂ, ਜੇ ਖੇਤਾਂ 'ਚ ਜਾਂਦੇ ਨੇ ਤੇ ਜੇ ਕੋਈ ਬਾਜਰੇ ਦੀ ਰਾਖੀ, ਮੈਂ ਨਾ ਬਹਿੰਦੀ, ਮੈਂ ਨਾ ਬਹਿੰਦੀ, ਮੈਂ ਨਾ ਬਹਿੰਦੀ ਵੇ, ਪਰ ਇਦਾਂ ਤੇਰੇ ਬਾਜਰੇ ਦੀ ਰਾਖੀ। ਪਰ ਇੱਕ ਗੱਲ ਮੈਨੂੰ ਦੱਸੋ, ਮੈਨੂੰ ਤੁਸੀਂ ਕਨਫਿਊਜ਼ ਕਰਤਾ, ਜੇ ਬਾਜਰੇ ਦੀ ਰਾਖੀ ਆ ਉਦੋਂ ਵੀ ਮਹਿੰਦੀ ਲੱਗੀ ਹੁੰਦੀ, ਤਾੜੀ ਮਾਰ ਕੇ ਕਿੱਦਾਂ ਡਾਵਾਂਗੇ? ਇਦਾਂ ਤਾਂ ਮਹਿੰਦੀ ਵੀ ਲੱਗੀ, ਇਦਾਂ ਤੇ ਰਾਖੀ ਵੀ ਆ ਰਹੀ ਨਾ 11 ਤਰੀਕ ਨੂੰ। ਅੱਛਾ, ਲੈ, ਇਹ ਮਹਿੰਦੀ ਕਿੱਥੇ ਬਾਜਰਾ ਕਿੱਥੇ ਰਾਖੀ, ਹਾਂ ਕੀ ਬਣਿਆ? ਇਹ ਕੋਈ ਕਨਸੈਪਟ ਨਹੀਂ ਗਾ, ਵੈਸੇ ਹੀ ਟਾਈਮ ਪੂਰਾ ਕਰ ਰਹੇ ਹਾਂ, ਟਾਈਮ ਪੂਰਾ ਕਰ ਰਹੇ ਆ। ਅੱਛਾ, ਕਹਿੰਦੇ ਨਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ, ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ, ਮਹਿੰਦੀ ਬਾਗ ਵਿੱਚ ਰਹਿੰਦੀ ਵੇ, ਕੋਟ ਕੋਟ ਕੇ ਲਾਈ ਹੱਥਾਂ ਨੂੰ। ਕੀ ਬਾਤ ਹੈ, ਹੋ ਕੋਟ ਕੋਟ ਕੇ ਲਾਈ ਹੱਥਾਂ ਨੂੰ, ਫੋਟਕ ਬਣ ਬਣ ਰਹਿੰਦੀ ਬੋਲ ਸ਼ਰੀਕਾਂ ਦੇ, ਮੈਂ ਨਾ ਬਾਵਲਾ ਸੈਂਦੀ ਬੋਲ ਸ਼ਰੀਕਾਂ ਦੇ, ਮੈਂ ਨਾ ਬਾਵਲਾ ਸੈਂਦੀ। ਸੋ ਮੈਂ ਮਹਿੰਦੀ ਲਾਵਾਂ ਨਾ ਲਾਵਾਂ,
ਉਹਨਾਂ ਨੇ ਤਾਂ ਬਾਜਰੇ ਦੀ ਰਾਖੀ ਕਰਾਉਣੀ ਕਰਾਉਣੀ, ਗੱਲ ਕਿਹਦੀ ਕਰ ਰਹੇ ਆ ਦੱਸ ਦਿਓ। ਮੁਹੰਮਦ ਬੂਟਾ ਭਾਜੀ ਔਰ ਨਾਲ ਨੇ ਮਿਸ ਸਰਬਜੀਤ ਮੱਟੂ। ਆਓ ਜੀ, ਕੀ ਬਾਤ ਹੈ, ਲਾਓ ਜੀ ਰੌਣਕਾਂ। ਮੌਜੂਜ਼ ਹਾਜ਼ਰੀਨ, ਅੱਜ ਦੇ ਇਸ ਮੁਕੱਦਸ ਸਮੇਂ ਨੂੰ ਮਾਣ ਰਿਹਾ, ਅੱਜ ਦੇ ਇਸ ਸ਼ੁਭ ਦਿਹਾੜੇ ਨੂੰ ਮਾਣ ਰਿਹਾ, ਜਾਣੀ ਡੀਡੀ ਪੰਜਾਬੀ ਦੀ 22ਵੀਂ ਬਰੇ ਗੰਢ ਨੂੰ ਤੁਸੀਂ ਅੱਜ ਚਾਰ ਚੰਨ ਲਗਾਉਣ ਵਾਸਤੇ ਜਿੰਨੇ ਪੰਜਾਬੀ ਪੰਜਾਬ ਪੰਜਾਬੀਅਤ ਇਕੱਠੀ ਹੋਈ ਹੈ, ਸਭ ਤੋਂ ਪਹਿਲਾਂ ਮੇਰੇ ਵੱਲੋਂ, ਖਾਕਸਰ ਵੱਲੋਂ, ਜਾਣੀ ਤੁਹਾਡੇ ਆਪਣੇ ਬੂਟਾ ਮੁਹੰਮਦ ਵੱਲੋਂ 22ਵੇਂ ਬਰੇ ਗੰਢ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਔਰ ਡੀਡੀ ਪੰਜਾਬੀ ਸਾਡੀ ਮਾਂ ਬੋਲੀ ਨੂੰ ਜਿਹੜੀ ਪ੍ਰਫੁੱਲਿਤ ਕਰਦੀ ਹੈ, ਪੰਜਾਬੀ ਮੌਸੀਕੀ ਨੂੰ ਜਿਹਨੇ ਪ੍ਰਫੁੱਲਿਤ ਕੀਤਾ, ਇਹ ਹਮੇਸ਼ਾ ਤੁਹਾਡੇ ਦਿਲਾਂ 'ਤੇ ਰਾਜ ਕਰਦੀ ਰਹੇਗੀ, ਅਤੇ ਕਰਦੀ ਵੀ ਰਹੀ ਹੈ, ਅਤੇ ਹੁਣ ਵੀ ਕਰਦੀ ਰਹੇਗੀ। ਇਹਦੇ ਲਈ ਅਸੀਂ ਦੁਆ ਕਰਦੇ ਹਾਂ। ਔਰ ਮੈਂ ਅੱਜ ਖਾਸ ਕਰਕੇ ਧੰਨਵਾਦੀ ਹਾਂ, ਇੱਥੇ ਸਾਡੇ ਆਫਿਸਰ ਸਾਹਿਬਾਨ ਤਸ਼ਰੀਫ ਰੱਖਦੇ ਹੈ, ਸਾਡੇ ਹੈੱਡ ਆਫਿਸ, ਹੈੱਡ ਆਫ ਦਾ ਆਫਿਸ ਸ਼੍ਰੀ ਆਰ ਕੇ ਜਰੰਗਾਲ ਸਾਹਿਬ, ਉਹਨਾਂ ਦੇ ਨਾਂ 'ਤੇ ਜ਼ੋਰਦਾਰ ਤਾਲੀਆਂ, ਉਹਨਾਂ ਨੂੰ ਮੁਬਾਰਕਬਾਦ ਹੈ। ਔਰ ਮੁਬਾਰਕਬਾਦ ਦਿੰਦੇ ਹਾਂ ਹੈੱਡ ਆਫ ਦੀ ਪ੍ਰੋਗਰਾਮ ਸ਼੍ਰੀ ਅਨੂਪ ਖਜੂਰੀਆ ਸਾਹਿਬ। ਔਰ ਮੈਂ ਅੱਜ ਇਸ 22ਵੀਂ ਬਰੇ ਗੰਢ ਦੇ ਉੱਤੇ ਇਕੱਲਾ ਨਹੀਂ ਆਇਆ, ਅਤੇ ਪਹਿਲਾਂ ਤਾਂ ਮੇਰਾ ਗਰੁੱਪ ਦੇ ਲੋਕ ਐਡਾ ਆਇਆ, ਅਤੇ ਦੂਸਰੇ ਨੰਬਰ 'ਤੇ ਮੇਰੇ ਨਾਲ ਅੱਜ ਬਹੁਤ ਹੀ ਸੁਰੀਲੀ ਗੁਲੂਕਾਰਾ ਸਰਬਜੀਤ ਕੌਰ, ਜਿਨ੍ਹਾਂ ਨੂੰ ਸਰਬਜੀਤ ਮੱਟੂ ਵੀ ਕਹਿੰਦੇ ਹਾਂ, ਸਰਬਜੀਤ ਕੌਰ ਵੀ ਕਹਿੰਦੇ ਹਾਂ। ਔਰ ਅੱਜ ਦੂਰਦਰਸ਼ਨ ਦੇ ਵਿਹੜੇ ਵਿੱਚ ਆਪਾਂ ਰਲ ਕੇ ਸਾਰਿਆਂ ਨੇ ਧਮਾਲਾਂ ਪਾਉਣੀਆਂ, ਖੁਸ਼ੀਆਂ ਮਨਾਉਣੀਆਂ, ਅਤੇ ਇਸੇ ਤਰੀਕੇ ਦੇ ਨਾਲ ਮੇਰੇ ਸਤਿਕਾਰਯੋਗ ਸਾਡੇ ਬਹੁਤ ਹੀ ਅਦਬ ਸਤਿਕਾਰ ਨਾਲ ਜਿਨ੍ਹਾਂ ਦਾ ਨਾਮ ਮੈਂ ਲੈਣਾ, ਸਾਡੇ ਪੇਰੈਂਟਸ ਨੇ ਚੰਨੀ ਸਾਹਿਬ ਜੀ ਤਸ਼ਰੀਫ ਰੱਖਦੇ ਆ, ਮੈਂ ਉਹਨਾਂ ਨੂੰ ਵੀ ਵੈਲਕਮ ਕਹਿੰਦਾ, ਜ਼ੋਰਦਾਰ ਤਾਲੀਆਂ। ਸੋ ਮੈਨੂੰ ਇਜਾਜ਼ਤ ਦਿਓ, ਮੈਂ ਆਗਾਜ਼ ਕਰਾਂ, ਅਤੇ ਫਿਰ ਆਪਾਂ ਸਾਰੇ ਇਕੱਠੇ ਹੋ ਕੇ ਭੰਗੜਾ ਪਾਈਏ, ਖੁਸ਼ੀਆਂ ਮਨਾਈਏ, ਅਤੇ 22ਵੀਂ ਬਰੇ ਗੰਢ ਮਨਾਈਏ। ਮੈਨੂੰ ਹਰ ਥਾਂ ਨੀ ਤੈਨੂੰ ਚਾਂਦੀ ਦੀਆਂ ਝਾਂਜਰਾਂ ਕਰਾ ਦੇ, ਜੇ ਤੂੰ ਦਿਲ ਨੂੰ ਕਰਾਂ ਮੈਂ ਮੇਰੇ ਨਾਨੀ, ਤੈਨੂੰ ਚਾਂਦੀ ਦੀਆਂ ਝਾਂਜਰਾਂ ਕਰਾ ਦੇ, ਜੇ ਤੂੰ ਦਿਲ ਨੂੰ ਕਰਾਂ ਮੈਂ
ਜੱਟ ਨੂੰ ਤੂੰ ਕਿਉਂ ਹੋ ਕੇ ਭਰਦੀ ਆ ਨੀ।
ਲੱਗਦੀ ਨਾਲੇ ਸਾੜੀ ਲੱਗਦੀ ਤੂੰ ਸਾੜੀ ਲੱਗਦੀ ਨਾਲੇ ਭਾਬੀ ਲੱਗਦੀ ਕਰ ਲਈਏ ਸਮਝੌਤਾ ਚੱਲ ਬਹਿ ਕੇ ਕਰ ਲਈਏ ਸਮਝੌਤਾ ਚੱਲ ਬਹਿ ਕੇ ਤੂੰ ਪੇਕੇ ਪਿੰਡ ਜੀਜਾ ਆਖ ਲਈ ਘਰ ਸਹੁਰਿਆਂ ਦੇ ਬੋਲਾ ਲਈ ਜ਼ੋਰ ਕਹਿ ਕੇ ਤੂੰ ਪੇਕੇ ਪਿੰਡ ਜੀਜਾ ਆਖ ਲਈ ਘਰ ਸਹੁਰਿਆਂ ਦੇ ਬੋਲਾ ਲਈ ਜ਼ੋਰ ਕਹਿ ਕੇ ਤੂੰ ਪੇਕੇ ਪਿੰਡ ਜੀਜਾ ਆਖ ਲਈ
ਚੱਲਦਾ ਤੂੰ ਇੱਥੋਂ ਲਾ ਲੈਣੀ ਅੰਦਾਜ਼ਾ ਤੇਰਾ ਨਾਂ ਲੈ ਕੇ ਸਾਹ ਭਰਦਾ कर दूं तेरे करके जमीन गहने तर दूं बीस सारी दी सारी मैं जमा कर दूं होया इंडिया च लोका नाल धोखा बदल ना जाई तू बदल ना जाई तू ओ डर लगदा है मेरी जटिए नी बैंड लेके मेरा बैंड ना बजाई तू डर लगदा है मेरी जटिए
बैंड लेके मेरा बैंड ना बजाई तू लाइफ सेट साडी दोवां दी हो जानी है अच्छा जे तू कर लेवे गौर मेरी गल ते नी मैं करना तो जाना गौर जतिए पर है ना परसा कोई कल ते इंज डावा डोल होके नहीं हो सारे ना ना रो गया मिलाई तू ना पैड़ा रोग लाई तू ओ डर लगदा है मेरी जतिए नी बैंड लेके मेरा बैंड ना बजाई तू डर लगता है मेरी जटिए बैंड लेके मेरा बैंड ना बजाई तू सौखा के मेरी दस जी हुन जोगी है उत्थे जाके मैनू तानी फुल जाएगी एह कितना दिया गल्ला में तू करदा पढ़ू बाद विच पहला फाइल लाऊंगी निबाजी इश्क दी मेरे नाली खेड दी ना जामी हार तू ना जामी हार तू जे तू मेरे नाल दस सारा गे हुंदा सबरा दा फल बड़ा मीठा हाय दिल ना डुलाई तू वे दिल ना डुलाई तू ओ डर लगदा है मेरी जटिए नी बैंड लेके मेरा बैंड ना बजाई तू डर लगदा है मेरी जटिए बैंड लेके मेरा बैंड ना बजाई तू चल ठीक है तू खिंच ले तैयारी नहीं कर ले पढ़ाई मन लाके तू चल सद ले तू मेनू भी कनेडा ना तोड़ी इसी बार तू ना तोड़ी इसी बार तू जे तू मेरे नाल कर दाए प्यार वे मेनू लेके दे कनेडा दी प्यार वे जे तू मेरे नाल कर दाए प्यार वे नी बैंड लेके मेरा बैंड ना बजाई तू जे तू मेरे नाल कर दाए प्यार वे नी बैंड लेके मेरा बैंड ना बजाई तू
नी एक गल मेरी दा तू कर जरा गौर नी पुत्तां दे समान हुंदा लाडला दे और नी बच्चिया ना खेडनी तां कल्लिया करांगे आपा बच्चिया ना खेडनी तां कल्लिया करांगे दो में एक दूजे ताई ओ दो में एक दूजे ताई पक्की चल्लिया करांगे दो में एक दूजे ताई पक्की चल्लिया करांगे ਬਹੁਤ ਹੀ ਵਧੀਆ ਗਾਣਿਆਂ ਦੀ ਲੜੀ ਲਾਈ ਕਮਾਲ ਕਰ ਦਿੱਤੀ
देखो बिल्कुल ते होर जेडी गल मैं अगली कहण जा रहा एक ऐसा कलाकार कमाल दा कलाकार के ते ही ना आया और बॉम्बे फिल्म इंडस्ट्री तो लैके ऐस अपनी डीडी पंजाबी दी स्टेज तो लैके इंटरनेशनल लेवल ते अपनी मिठी आवाज दे नाल लोकां दे दिलां दे उत्ते उन्हें कीता राज। मैनू ना तुसी हुण कन्फ्यूज ना करो, जदों दा प्रोग्राम शुरू होया जिद्दां ही अपनी बारी आउंदी आ कदे तुसी कहण लग पैंदे मोटियां मोटियां अखां, कदे तुसी कहण लग पैंदे बहुत वधिया परफॉर्मर, हुण तुसी होर कन्फ्यूज करता। तुसी एंकरिंग करना है कि मैनू कन्फ्यूज करना? नहीं नहीं कन्फ्यूज नहीं कर रहे हैं। ठीक है, क्योंकि कलाकार इन्ना प्यारा मेरा फेवरेट आ। अच्छा, असीं इकट्ठे कनेडा भी शो कीते ने। अच्छा, इत्थे भी पूरे इंडिया दे विचों कदी किते कल किते सीगे, अज डीडी पंजाबी दे विहड़े विच आ। मेरी मुराद आ बड़ा ही प्यारा कलाकार और छोटी उम्र दे विच उस कलाकार ने बॉलीवुड दे विच लै के गाने वधिया वधिया गा के सारे गामा जित के ऐ स्टेज तो फिर गा के फिर हवाई जहाज लै के कनेडा पहुंचया। उत्थे मैंने धूमा पाईया ते अज डीडी पंजाबी दी 22वीं वरेगंढ दे विच मैं सद्दा देण जा रहा अपने छोटे भरा और अपने काम कार विच बहुत वड्डे मेरी मुराद मिस्टर कमल खान। वाह जी वाह, क्या ही बात, कमल खान जी आ गए और रौनकां लगन लगियां जिद्दां ही ओह स्टेज ते पहुंचणगे ओह गाने गाउणे शुरू कर देणगे। अज तक बड़े लग गईयां रौनकां भाई कमल खान तेरे तो वार दियां मैं जान। स्वागत बहुत बहुत। सो हुण कमल जी दे वल असीं स्टेज कर दिंदे आ हवाले उहनां दे। सो 22वीं वरेगंढ दे जशनां नूं ओह अगे तो अगे तो अगे अगे वधाउंदे रहणगे, रौनकां लाउंदे रहणगे और कमल जी दे जिद्दां ही दीदार होणगे ना सारे साडे दर्शकां नूं, ओह खुश हो जाओगे। तुसीं कनेडा दी गल कीती, तुहाडी सारिआं दी जान हाँ स्टेज ते आ चुके ने कमल खान। बिलकुल तो पहला प्यार भरी सत श्री अकाल सलाम सारे नूं, जिन्हें भी मेहमान अज स्टूडियो दे विच विराजमान ने सब नूं मेरे वालों प्यार भरा सत श्री अकाल सलाम मेरी प्रवान करो। तो डीडी पंजाबी दी 22वीं वरेगंढ दी सब नूं बहुत बहुत मुबारक जिन्हें भी सीनियर्स बैठे ने। एक बार डीडी पंजाबी लई जोरदार ताड़ियां वजा दो। एक टाइम दे उत्ते असीं स्कूलों आना तो लिशकारा ज होर इदा के चैनल ज नवे साल के प्रोग्राम देखने तो बड़े भाग ने कि अज इतने गाने का मौका मिल गया। एक बार इस चैनल ही जोर दाते बजा दे। थैंक यू, लव जी ट्रैक। ਤੈਨੂੰ
तेरा मेरे उत्ते जोड़ना है मैं कोई रीस नी ठंडी छां दी जानी खैर मंगे हर सां दी जानी रब भी पूरी कर नी सकदा कमी कदे भी मां दी जानी कमी कदे भी मां दी जानी कोई रीस नी ठंडी छां दी जानी खैर मंगे हर सां दी जानी रब भी पूरी कर ना पाए कमी कदे भी मां दी जानी गया मेरा ते यकीन तेरे रब तो रब दा विद कदे तोड़ना है मैं ओ अम्मी मेरी हाय अम्मी मेरी तू दस केड़ा तारा तेन तोड़ना है मैं थैंक यू जी थैंक यू सो मच एक ताड़ी माँ ली जरूर होनी चाहिए है क्योंकि मैं लगता है साढ़े बुजुर्ग भी बैठे ने कि माँ तो माँ बाप के आशीर्वाद तो बिना मैनू लगता नहीं कि कोई कोई भी काम आसान हो सकता तो जिन्ना चिर उन्होंने उन्होंने दुआवां तो उन्होंने आशीर्वाद नाल है तो हर मंजिल आसान हो जाती इस करके माँ बाप का सत्कार माँ बाप की इज्जत करना यूथ लई स्पैशल मैसेज मैं देना चाहुंदा मेरे हम उम्र भैन भरावां नूं कि अपने माँ बाप का प्यार सत्कार करया करो उन्हां दी सेवा करया करो दुनिया दी सारियां खुशियां तुहाडी चोली च पै जाणियां जे तुसीं उन्हां नूं संभाल लै एक वारी खुल के ताड़ी उन्हां लई सो नैक्सट जिहड़ा ट्रैक है जी वो हिंदी गाणा जिस गाने ने मैनूं कमल तों कमाल खान बना दिता तो मैं चाहुंदा कि अज क्योंकि पंजाब तों बिलोंग करदा तो पंजाबीयत लई बड़े माण दी गल है तो वह गाणा मैं अज तुहाडी नज़र करदा हाँ जी प्लीज़ ताड़ियां ताड़ियां नाल रब की कहानी है इश्क कोई दिल की दीवानी है इश्क कोई महकी सी प्याली है इश्क कोई सुबह की लाली है इश्क गिरता सा झरना है इश्क कोई उठता सा कलमा है इश्क कोई सांसों में लिखता है इश्क कोई आंखों में दिखता है इश्क मेरे दिल को
साथ साथ चलते चलते हाथ छूट जाएंगे, ऐसी राहों में मिलो ना, बातें बातें करते करते रात कट जाएगी, ऐसी रातों में मिलो ना। क्या हम हैं, क्या रब है, जहाँ तू है वही सब है, तेरे लब मिले मेरे लब खिले, अब दूर क्या है जाना, तेरे वास्ते मेरा इश्क सूफियाना, मेरा इश्क सूफियाना, मेरा इश्क सूफियाना, तेरे वास्ते मेरा इश्क सूफियाना, मेरा इश्क सूफियाना, थैंक यू सो मच। हुण जिहड़ा गाना मैं गाना तुहाडे लई, ओह सिर्फ जिन्ने भी मेहमान इत्थे बैठे ने आ, स्पैशली जिहड़े साडे अगे विराजमान ने, इह गाना सारिआं लई डैडीकेट आ, ते मेरा बहुत फेवरेट गाना, ते ओह तुहाडे लई अज मैं गाउण लग्गिआ। हाँ जी प्लीज़। तेरी अखियां च नूर किन्ना सारा, गल्लां च सकून सी सजना, तेरी अखियां च नूर किन्ना सारा, गल्लां च सकून सी सजना, मैनू लगया अल्लाह ने आवाज मारी, बुलाया मैनू तू सी सजना, मैनू लगया अल्लाह ने आवाज मारी, बुलाया मैनू तू सी सजना, ओ जिना सोच ना सके तू ओ ना प्यार कर दया, जिना सोच ना सके तू ओ ना प्यार कर दया, तेरी गल हो रहा सजना, असी ता तेरे पैरा पर पहले दिन दिल उते छपया तेरा सोना मूसी सजना, मैनू लगया लगया मैनू लगया लगया मैनू लगया अल्लाह ने आवाज मारी, बुलाया मैनू तू सी की दोपहर की शाम की रात की हर वेले तेरी गल्ला, हाथ पैर मेरे कंब दे दोनों नाल तेरे जद चला, की दिन की दोपहर की शाम की रात की हर वेले तेरी गल्ला, हाथ पैर मेरे कंब दे दोनों नाल तेरे जद चला, हाथ पैर मेरे कंब दे दोनों, मैनू हाथ लाया जदों प्यार नाल तू कंबालू लूसी सजना, मैनू लगया
हाँ मैनू लगया हाँ मैनू लगया अल्लाह ने आवाज मारी बुलाया मैनू परिंदा आलना तरसे उवें तेरे लई तरसा तू जदों मेरे तो नजर घुमावे उसे थां मैं मरसा हां जिवें परिंदा आलना तरसे उवें तेरे लई तरसा तू जदों मेरे तो नजर घुमावे उसे थां मैं मरसा तू जदों मेरे तो नजर घुमावे मैं अद्धी राती कल मथा टेकया तेरे घर नू सी सजना मैनू लगया अल्लाह मैनू लगया अल्लाह मैनू लगया अल्लाह ने आवाज मारी बुलाया मैनू तू सी सजना ਵਾਹ ਜੀ ਥੈਂਕ ਯੂ ਲਓ ਜੀ ਹੁਣ ਇਹ ਦੱਸੋ ਵੀ ਨੱਚਣ ਨੂੰ ਕਿਹਦਾ ਕਿਹਦਾ ਮਨ ਕਰਦਾ ਮੈਨੂੰ ਲੱਗਦਾ ਪੰਜਾਬੀ ਆਪਾਂ ਵੈਸੇ ਹੀ ਤਿਆਰ ਰਹਿੰਦੇ ਹਾਂ ਲਓ ਜੀ ਫਿਰ ਸਤਾਵੇ ਤੇਰਾ ਦਿੱਤਾ ਕੰਗਣਾ ਤੂੰ ਤਾਂ ਸਤਾਉਣਾ ਜਿੰਨਾ ਮੇਰੇ ਦਿਲ ਨੂੰ ਵੰਗਾ ਨੂੰ ਸਤਾਵੇ ਤੇਰਾ ਦਿੱਤਾ
ਕੁੜੀਆਂ ਤੇ ਮੁੰਡਿਆਂ ਦਾ ਮਿਲਣਾ ਬਣ ਗਈ ਸੋਨੇ ਜਿਹੀ ਪਿੱਤਲ ਦਾ ਗਹਿਣਾ ਬਣ ਗਈ ਕੁੜੀਆਂ ਤੇ ਮੁੰਡਿਆਂ ਦਾ ਮਿਲਣਾ ਬਣ ਗਈ ਸੋਨੇ ਜਿਹੀ ਪਿੱਤਲ ਦਾ ਗਹਿਣਾ ਬਣ ਗਈ ਕਮਲ ਕੀ ਅੱਖ ਤੈਨੂੰ ਬੇਦਰਦਾ ਵੀਰ ਕੀ ਅੱਖਾਂ ਤੈਨੂੰ ਬੇਦਰਦਾ ਸ਼ੁਰੂ ਕੀਤਾ ਸ਼ਾਹੂਕਾਰਾ ਤੂੰ ਪਿਆਰ ਵੰਡਣਾ ਦੱਸ ਪਾਉਣਾ ਜਿੰਨਾ ਮੇਰੇ ਦਿਲ ਨੂੰ ਵੰਗਾਂ ਨੂੰ ਸਤਾਵੇ ਤੇਰਾ ਦਿੱਤਾ ਕੰਗਣਾ ਤੂੰ ਦੱਸ ਪਾਉਣਾ ਜਿੰਨਾ ਮੇਰੇ ਸਤਾਵੇ ਤੇਰਾ ਦਿੱਤਾ ਕੰਗਣਾ ਕੰਗਣਾ ਥੈਂਕ ਯੂ ਜੀ ਥੈਂਕ ਯੂ ਸੋ ਮਚ ਹੜਯੋ ਨੱਕ ਵਿੱਚ ਕੋਕੇ ਓਏ ਨੱਕ ਵਿੱਚ ਕੋਕੇ ਵਾਲੀਆਂ ਪਾਈਆਂ ਪਪੀਆ ਕਰਦਾ ਓਏ ਪਪੀਆ ਕਰਦਾ ਪਿਆ ਕਲੋਲ ਤੇਰੇ ਮਿੱਠੜੇ ਨੀ ਓਏ ਤੇਰੇ ਮਿੱਠੜੇ ਨੀ ਲੱਗਦੇ ਬੋ ਵਰੁਣ ਕੌਰ ਮਾਨ ਵੱਲੋਂ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ।